ਮੁੱਖ ਮੰਤਰੀ ਆਪ ਕਿੱਥੇ ਬੜਿਆ ਬੈਠਾ? ਆਪ ਤਾਂ ਲੋਕਾਂ 'ਚ ਵੋਟਾਂ ਮਿਲਣ ਜਾ ਰਿਹਾ ਤੇ ਲੋਕ ਉਹਨਾਂ ਦੇ ਘਰ ਬੈਠੇ ਨੇ। ਸਾਡੀ ਗੱਲ ਸੁਣੋ, ਰਾਜੇ ਦਾ ਵੀ OSD ਮੀਟਿੰਗਾਂ ਕਰਦਾ ਸੀ, ਇਹਦਾ ਵੀ OSD ਮੀਟਿੰਗ ਕਰ ਰਿਹਾ, ਫੋਟੋ ਖਿੱਚ ਕੇ ਸਕੱਤਰਾਂ ਨੂੰ ਫੋਟੋ ਭੇਜ ਦਿੰਦਾ ਜੀ। ਇਹਨਾਂ ਦਾ ਮਸਲਾ ਦੇਖੋ, ਐ ਮਸਲੇ ਹੱਲ ਹੁੰਦੇ ਨੇ। ਪਰ ਇਹ ਬੰਦਾ ਕੁਰਸੀ 'ਤੇ ਬੈਠ ਕੇ ਦਿਮਾਗ ਖਰਾਬ ਹੋ ਗਿਆ। ਪਰ ਇਸ ਬੰਦੇ ਨੂੰ ਇਹ ਨਹੀਂ ਪਤਾ, ਜਿਹੜੇ ਵੱਡੇ ਵੱਡੇ ਬਹੁਤ ਕਹਿੰਦੇ ਸੀ ਅਸੀਂ ਖੁੰਡ ਪੁਰਾਣੇ ਬੈਠੇ ਹਾਂ ਤਾਂ ਲੋਕਾਂ ਨੇ ਉਹ ਵੀ ਉਖਾੜਤੇ, ਅਤੇ ਇਹ ਬੰਦਾ ਵੀ ਮੁੱਦੇ ਮੂੰਹ ਡਿੱਗੂਗਾ। ਉਸ ਦਿਨ ਇਹਨੂੰ ਪਤਾ ਲੱਗੂਗਾ ਕਿ ਲੋਕਾਂ ਦੀ ਪਾਵਰ ਹੁੰਦੀ ਕੀ ਹੈ। ਇਹ ਸਾਡੇ ਸਕੂਲਾਂ ਦੇ ਰੀਸ ਕਰਕੇ ਸਕੂਲ ਆਫ ਐਮੀਨੈਂਸ ਖੋਲ੍ਹ ਰਿਹਾ, ਉੱਥੇ ਕੋਚਿੰਗਾਂ ਸਟਾਰਟ ਕਰ ਰਿਹਾ, ਪਰ ਇਹ ਦੱਸਦਾ ਕਿਉਂ ਨਹੀਂ ਉਹ ਕਾਪੀ ਸਾਡੇ ਸਕੂਲਾਂ ਨੂੰ ਇਹ ਕਰ ਰਿਹਾ? ਅਤੇ ਜਿਹੜੇ ਰਿਜ਼ਲਟ ਆਏ ਨੇ ਇਹ ਆਪਣੇ ਸਰਕਾਰੀ ਸਕੂਲਾਂ ਦੇ ਟੈਗ ਲਾ ਕੇ ਕਰਦਾ। ਜੇ ਇਹਦੇ 'ਚ ਹਿੰਮਤ ਹੈ ਆਪਣੇ ਸਕੂਲਾਂ ਦਾ ਰਿਜ਼ਲਟ ਅੱਡ ਤੋਂ ਦਿਖਾਵੇ, ਸਾਡੇ ਸਕੂਲ ਸਾਈਡ 'ਤੇ ਕੱਢੇ। ਅਸੀਂ ਟੀਚਰ ਹਾਂ, ਪੜ੍ਹੇ ਲਿਖੇ, ਮੈਂ ਨੈੱਟ ਕਲੀਅਰ ਹੈ, JRF ਕਲੀਅਰ ਹੈ, ਮੇਰਾ ਟੈਟ ਕਲੀਅਰ ਹੈ, ਮੇਰਾ CTET ਕਲੀਅਰ ਹੈ, ਮੈਂ PhD ਕਰ ਰਹੀ ਹਾਂ। ਇੱਥੇ ਆ ਕੇ ਬੰਦਾ ਗੱਲ ਕਰੇ ਜੇ ਇਸ 'ਚ ਹਿੰਮਤ ਹੈ ਜਿਹਨੇ ਵੋਟ ਲੈਣੀ ਹੈ। ਜਿਹੜਾ ਮੰਤਰੀ ਇਸ ਗੱਲ ਦੇ ਦਾਅਵੇ ਕਰਦਾ ਸੀ ਮੈਂ ਕੋਈ ਧਰਨਾ ਪ੍ਰਦਰਸ਼ਨ ਨਹੀਂ ਲੱਗਣ ਦਿੰਦਾ, ਉਹਨੂੰ ਸ਼ਰਮ ਨਹੀਂ ਆਉਂਦੀ, ਉਹਨੂੰ ਦੇਣਾ ਚਾਹੀਦਾ ਜਵਾਬ ਵੀ ਉਹਦੇ ਬਾਰ ਅੱਗੇ ਕਿੰਨੀਆਂ ਯੂਨੀਅਨਾਂ ਬੈਠੀਆਂ ਨੇ, ਉਹ ਕਾਹਤੋਂ ਬੈਠੀਆਂ ਨੇ। ਇਹਦੇ ਪਿੰਡ ਲੋਕਾਂ ਦੇ ਲਾਠੀਚਾਰਜ ਹੋਇਆ, ਬਾਣਾਂ 'ਚ ਭਜਾ ਭਜਾ ਕੇ ਇਹਨਾਂ ਨੇ ਮਾਸਟਰ ਕੁੱਟੇ ਨੇ, ਅਤੇ ਧੋਖਾ ਨਹੀਂ ਹੋਰ ਕੀ ਆ, ਮਾਸਟਰਾਂ ਨਾਲ ਇੱਕ ਮੀਟਿੰਗ ਦਿਖਾ ਦਿਓ ਤੁਸੀਂ ਮੁੱਖ ਮੰਤਰੀ ਦੀ ਹੋਈ ਹੋਵੇ, ਇਹਨਾਂ ਦੇ ਦਫ਼ਤਰ ਅੱਗੇ ਬੈਠੇ ਆ, ਕਹਿ ਦਿਓ ਆ ਕੇ ਬਾਹਰ ਸਾਡੇ ਨਾਲ ਗੱਲ ਕਰਨਗੇ। ਇੱਕ ਬੰਦਾ ਵੀ ਆ ਕੇ ਗੱਲ ਕਰੇ, ਗੱਲ ਕਰਨ ਦੀ ਹਿੰਮਤ ਨਹੀਂ ਹੈਗੀ ਇਹਨਾਂ ਵਿੱਚ। ਹਿੰਮਤ ਤਾਂ ਹੋਵੇ ਜੇ ਕੋਈ ਕੰਮ ਕੀਤਾ ਹੋਵੇ। ਤੁਸੀਂ ਸੋਚ ਕੇ ਦੇਖੋ, 10 ਸਾਲ ਤੋਂ ਅਸੀਂ ਇਹਨਾਂ ਸਕੂਲਾਂ 'ਚ ਕੰਮ ਕਰ ਰਹੇ ਹਾਂ, ਇਹਨਾਂ ਦੀ ਸਰਕਾਰ ਨੂੰ ਤੀਸਰਾ ਸਾਲ ਚੜ੍ਹ ਗਿਆ, ਸਾਡੇ ਹੁਣ ਇੰਕਰੀਮੈਂਟ ਲੱਗਣੇ ਸੀ, ਕੋਈ ਇੰਕਰੀਮੈਂਟ ਨਹੀਂ ਲੱਗੇ ਹੈਗੇ, ਪੱਕਾ ਕਰਨਾ ਤਾਂ ਦੂਰ ਦੀ ਗੱਲ ਹੈ। ਮੈਰੀਟੋਰੀਅਸ ਦਾ ਨਾਮ ਮੁੱਖ ਮੰਤਰੀ ਦੀ ਜ਼ੁਬਾਨ 'ਤੇ ਨਹੀਂ ਆਉਂਦਾ ਹੈ। ਉਸ ਸਕੂਲ ਵਿੱਚ ਵਿਦਿਆਰਥੀਆਂ ਦੀ ਮੈਰਿਟ ਆਈਆਂ ਨੇ, ਉਸ ਸਕੂਲ 'ਚੋਂ ਵਿਦਿਆਰਥੀ JEE ਮੇਨਸ ਵਿੱਚ ਪਾਸ ਕੀਤਾ, ਉਸ ਸਕੂਲ ਦੇ ਵਿਦਿਆਰਥੀਆਂ ਨੇ NEET ਦੀ ਪ੍ਰੀਖਿਆ ਪਾਸ ਕੀਤੀ, ਉਸ ਸਕੂਲ ਦੇ ਅਧਿਆਪਕਾਂ ਵੱਲ ਇਹਨਾਂ ਦਾ ਧਿਆਨ ਕਿਉਂ ਨਹੀਂ ਹੈਗਾ? ਉਸ ਸਕੂਲ ਦਾ ਇਹ ਨਾਂ ਤੱਕ ਕਿਉਂ ਨਹੀਂ ਲੈਂਦੇ ਹੈ? ਅੱਜ ਇਹ ਜਲੰਧਰ ਪੱਛਮੀ ਦੇ ਲੋਕਾਂ ਨੂੰ ਆਪਦੇ ਝੂਠੇ ਵਾਅਦੇ ਫੇਰ ਦੱਸਣ ਆਏ ਨੇ। ਇੱਥੇ ਮੌਕਾ ਮਿਲਦਾ, ਟੀਮ ਨਾਲ ਰੱਖਦਾ, ਵੀਡੀਓ ਕਲਿੱਪ ਬਣਾ ਬਣਾ ਕੇ ਦਿਖਾਈ ਜਾਂਦਾ ਸਾਡੇ ਸਾਹਮਣੇ, ਇੱਥੇ ਇਹ ਡਰਦਾ ਕਿਉਂ ਹੈ? ਇਹ 13 ਦੇ ਵਾਅਦੇ ਕਰ ਦਾਅਵੇ ਮਾਰਦਾ ਸੀ ਨਾ, 3 ਤੇ ਰਹਿ ਗਿਆ, ਹੁਣ 93 ਆ, 93 ਤੋਂ ਵੀ 92 ਆ, 92 ਤੋਂ ਵੀ 2 ਤੇ। ਸਵਾਗਤ ਹੈ ਜੀ ਤੁਹਾਡਾ ਲੋਕਵਾਸ TV 'ਤੇ, ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ। ਦੋਸਤੋ, 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਕਹਿੰਦੇ ਸੀ ਵੀ ਭਾਈ ਸਾਡੀ ਸਰਕਾਰ ਬਣਾ ਦਿਓ, ਪੰਜਾਬ ਦੇ ਵਿੱਚ ਤੁਹਾਨੂੰ ਕੋਈ ਵੀ ਧਰਨਾ ਜਾਂ ਪ੍ਰਦਰਸ਼ਨ ਦੇਖਣ ਨੂੰ ਨਹੀਂ ਮਿਲੇਗਾ। ਪਰ ਆਏ ਦਿਨ ਹੀ ਪੰਜਾਬ ਦੀ ਧਰਤੀ 'ਤੇ ਕੋਈ ਨਾ ਕੋਈ ਧਰਨਾ ਪ੍ਰਦਰਸ਼ਨ ਦੇਖਣ ਨੂੰ ਮਿਲਦਾ ਹੈ, ਜਿਸ ਦੇ ਚੱਲਦਿਆਂ ਜਲੰਧਰ ਦੇ ਵਿੱਚ ਇਸ ਸਮੇਂ ਜ਼ਿਮਨੀ ਚੋਣ ਦਾ ਮਾਹੌਲ ਹੈ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਵੱਖੋ ਵੱਖਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ, ਆਪਣੀ ਆਪਣੀ ਪਾਰਟੀ ਨੂੰ ਵੋਟਿੰਗ ਕਰਨ ਵਾਸਤੇ ਕਿਹਾ ਜਾ ਰਿਹਾ ਹੈ। ਉੱਥੇ ਹੀ ਦੂਸਰੇ ਪਾਸੇ ਪ੍ਰਦਰਸ਼ਨਕਾਰੀ ਕਹਿ ਸਕਦੇ ਹਾਂ, ਅਜਿਹੇ ਲੋਕ ਕਹਿ ਸਕਦੇ ਹਾਂ ਜਿਹੜੇ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਨਾਖੁਸ਼ ਨੇ, ਉਹ ਜਲੰਧਰ ਦੇ ਵਿੱਚ ਆ ਕੇ ਪੰਜਾਬ ਸਰਕਾਰ ਮੁਰਦਾਬਾਦ, ਭਗਵੰਤ ਮਾਨ ਮੁਰਦਾਬਾਦ ਦੀ ਨਾਅਰੇਬਾਜ਼ੀ ਕਰ ਰਹੇ ਨੇ, ਤਾਂ ਇਹ ਪੰਜਾਬ ਦੇ ਵਾਸੀ ਨੇ। ਇਹ ਤਸਵੀਰਾਂ ਦੋਸਤੋ ਹਿਮਾਚਲ ਜਾਂ ਹਰਿਆਣੇ ਦੀਆਂ ਨਹੀਂ ਹਨ, ਇਹ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਨੇ, ਪੰਜਾਬ ਦੇ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਨੇ, ਜਿੱਥੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਵੱਖੋ ਵੱਖਰੀਆਂ ਜਥੇਬੰਦੀਆਂ ਜਿਹੜੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੀਆਂ ਨੇ, ਤਾਂ ਨਾਲ ਦੇ ਨਾਲ ਜਿਹੜੀਆਂ ਮੈਰੀਟੋਰੀਅਸ ਸਕੂਲ ਬਣੇ ਸੀਗੇ, ਜਿਹੜੇ ਤਾਂ ਉਸ ਸਕੂਲ ਦੇ ਜਿਹੜੇ ਅਧਿਆਪਕ ਸਾਹਿਬਾਨ ਨੇ ਉਹ ਆ ਕੇ ਇੱਥੇ ਪ੍ਰੋਟੈਸਟ ਕਰ ਰਹੇ ਨੇ, ਤਾਂ ਗੱਲਬਾਤ ਕਰਦੇ ਵੀ ਭਾਈ ਕਿਹੜੀਆਂ ਮੰਗਾਂ ਨੂੰ ਲੈ ਕੇ ਇੱਥੇ ਪਹੁੰਚੇ ਨੇ, ਤਾਂ ਇੱਧਰ ਭਾਈ ਸਾਹਿਬ ਖੜੇ ਨੇ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਇਹ ਤੁਸੀਂ ਅੱਜ ਪੰਜਾਬ ਸਰਕਾਰ ਮੁਰਦਾਬਾਦ, ਭਗਵੰਤ ਮਾਨ ਮੁਰਦਾਬਾਦ ਦੀ ਨਾਅਰੇਬਾਜ਼ੀ ਕਿਉਂ ਕਰ ਰਹੇ ਹੋ? ਦੇਖੋ ਜੀ, ਪੰਜਾਬ ਸਰਕਾਰ ਜਿਹੜੀ ਹੋਣ ਵਾਲੀ ਹੈ ਉਹ ਜਿਹੜੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਉਸ ਉਹਨਾਂ ਵਾਅਦਿਆਂ ਤੋਂ ਮੁੱਕਰੀ ਹੈ।
ਉਹ ਅਧਿਆਪਕਾਂ ਨੂੰ, ਕੱਚੇ ਅਧਿਆਪਕਾਂ ਨੂੰ, ਹਰ ਇੱਕ ਨੂੰ ਉਹਨੇ ਵਾਅਦਾ ਕੀਤਾ ਸੀ ਅਸੀਂ ਪੱਕਾ ਰੁਜ਼ਗਾਰ ਤੁਹਾਡਾ ਕਰਾਂਗੇ, ਪਰ ਉਹ ਇਸ ਵਾਅਦੇ 'ਤੇ ਖਰਾ ਨਹੀਂ ਉਤਰੀ। ਅਸੀਂ 2.5 ਸਾਲ ਤੋਂ ਸੜਕਾਂ 'ਤੇ ਲੁੜ ਰਹੇ ਹਾਂ, ਸਾਡੇ ਨਾਲ ਇਹਨਾਂ ਦਾ ਸਿੱਖਿਆ ਮੰਤਰੀ ਮੁੱਖ ਮੰਤਰੀ ਮੀਟਿੰਗ ਨਹੀਂ ਕਰਦਾ ਹੈਗਾ, ਇਸ ਕਰਕੇ ਸਾਨੂੰ ਚੱਲ ਕੇ ਸੜਕਾਂ 'ਤੇ ਆਉਣਾ ਪਿਆ, ਇਹਨਾਂ ਦੇ ਖਿਲਾਫ ਚੋਣ ਪ੍ਰਚਾਰ ਕਰਨਾ ਪਿਆ। ਅੱਛਾ, ਤੁਹਾਡੀਆਂ ਮੰਗਾਂ ਕੀ ਹੈਗੀਆਂ? ਜਿਹੜੇ ਮੈਰੀਟੋਰੀਅਸ ਸਕੂਲ ਜਿਹੜੇ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਉਦੋਂ ਬਣੇ ਸੀਗੇ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਪ੍ਰਚਾਰੀਆਂ ਜਾਂਦੀਆਂ ਨੇ ਵੀ ਭਾਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਹ ਸਕੂਲ ਬਣਾਏ ਸੀਗੇ, ਹੁਣ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਦੇ ਨਾਲ, ਕੀ ਰੋਸਾ ਤੁਹਾਡਾ ਜੀ? ਨਹੀਂ ਦੇਖੋ, ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ, ਸ਼੍ਰੋਮਣੀ ਅਕਾਲੀ ਦਲ ਦਾ ਕੋਈ ਪੈਸਾ ਨਹੀਂ ਲੱਗਿਆ ਉਹ 'ਚ, ਪੰਜਾਬ ਸਰਕਾਰ ਦਾ ਪੈਸਾ ਲੱਗਿਆ। ਜਿਹੜੇ ਹੁਣ ਇਹ ਸਕੂਲ ਆਫ ਐਮੀਨੈਂਸ ਖੋਲ੍ਹ ਰਹੇ ਨੇ ਉਹ ਇਕੱਲੇ ਆਮ ਆਦਮੀ ਪਾਰਟੀ ਦੇ ਨੇ, ਖਰਚਾ ਤਾਂ ਪੰਜਾਬ ਸਰਕਾਰ ਕਰ ਰਹੀ ਹੈ ਨਾ, ਉਹ ਪੰਜਾਬ ਦੇ ਲੋਕਾਂ ਦਾ ਪੈਸਾ, ਉਹ ਪੈਸਾ ਲੱਗ ਕੇ ਇਹ ਸਕੂਲ ਬਣੇ ਹੋਏ ਨੇ, ਅਤੇ ਪੰਜਾਬ ਸਰਕਾਰ ਦੇ ਲੋਕਾਂ ਦਾ ਪੈਸਾ ਲੱਗਿਆ ਹੋਇਆ ਜਿਹੜਾ ਪੰਜਾਬ ਦੇ ਲੋਕਾਂ ਦਾ, ਉਹਨੂੰ ਇੱਖੋ ਪਰੋਖੇ ਕਿਵੇਂ ਕਰ ਸਕਦੇ ਨੇ, ਉਹਨਾਂ ਸਕੂਲਾਂ ਨੂੰ ਪਾਸੇ ਕਿਵੇਂ ਕਰ ਸਕਦੇ ਨੇ, ਜਦੋਂ ਕਿ ਇਹਨਾਂ ਨੇ ਵਾਅਦੇ ਕੀਤੇ ਨੇ ਵੀ ਅਸੀਂ ਹਰ ਇੱਕ ਨੂੰ ਪੱਕਾ ਰੁਜ਼ਗਾਰ ਦੇਵਾਂਗੇ, ਸਾਡੇ ਨਾਲ ਇਹ ਵਾਅਦਾ ਕਰਕੇ ਆਏ ਨੇ। ਤੁਸੀਂ ਸੋਚ ਕੇ ਦੇਖੋ, 10 ਸਾਲ ਤੋਂ ਅਸੀਂ ਇਹਨਾਂ ਸਕੂਲਾਂ 'ਚ ਕੰਮ ਕਰ ਰਹੇ ਹਾਂ, ਸਾਲਾਨਾ ਵਾਧਾ ਹਰ ਇੱਕ ਮੁਲਾਜ਼ਮ ਦਾ ਹੱਕ ਹੈ, ਬੁਨਿਆਦੀ ਹੱਕ ਹੈ ਵੀ ਸਾਲ ਬਾਅਦ ਉਹਦੀ ਤਨਖਾਹ ਵਿੱਚ ਵਾਧਾ ਹੋਣਾ ਹੀ ਚਾਹੀਦਾ। 10 ਸਾਲ ਵਿੱਚ ਸਾਡੀ ਤਨਖਾਹ ਵਿੱਚ 2 ਵਾਰ ਵਾਧਾ ਹੋਇਆ, ਉਹ ਵੀ 2300 ਰੁਪਈਆ, 10 ਸਾਲ ਵੀ 2300 ਰੁਪਈਆ ਕੁੱਲ ਵਾਧਾ ਹੋਇਆ। ਇਹਨਾਂ ਦੀ ਸਰਕਾਰ ਨੂੰ ਤੀਸਰਾ ਸਾਲ ਚੜ੍ਹ ਗਿਆ, ਸਾਡੇ ਹੁਣ ਇੰਕਰੀਮੈਂਟ ਲੱਗਣੇ ਸੀ, ਕੋਈ ਇੰਕਰੀਮੈਂਟ ਨਹੀਂ ਲੱਗੇ ਹੈਗੇ, ਪੱਕਾ ਕਰਨਾ ਤਾਂ ਦੂਰ ਦੀ ਗੱਲ ਹੈ। ਮੈਰੀਟੋਰੀਅਸ ਦਾ ਨਾਮ ਮੁੱਖ ਮੰਤਰੀ ਦੀ ਜ਼ੁਬਾਨ 'ਤੇ ਨਹੀਂ ਆਉਂਦਾ ਹੈ, ਇੰਨੀਆਂ ਮੈਰਿਟਾਂ ਆਈਆਂ ਨੇ ਪੰਜਾਬ ਦੀ, 320 'ਚੋਂ 86 ਮੈਰਿਟਾਂ ਆਈਆਂ ਨੇ, ਪਰ ਮੁੱਖ ਮੰਤਰੀ ਸਿੱਖਿਆ ਮੰਤਰੀ ਨੇ ਮੈਰੀਟੋਰੀਅਸ ਦਾ ਨਾਂ ਤੱਕ ਵੀ ਨਹੀਂ ਲਿਆ। ਚਾਹੁੰਦੇ ਕਿ ਉਹ ਤੁਹਾਡਾ ਕੀ ਮਸਲਾ ਹੈਗਾ ਔਰ ਕੀ ਹੱਲ ਚਾਹੁੰਦੇ ਹੋ ਤੁਸੀਂ? ਅਸੀਂ ਚਾਹੁੰਦੇ ਹਾਂ ਵੀ ਸਿੱਖਿਆ ਮੁੱਖ ਮੰਤਰੀ ਸਾਡੀ ਸਕੂਲਾਂ ਦਾ ਪ੍ਰੈਜ਼ੀਡੈਂਟ ਹੈ, ਉਸ ਇਸ ਸਕੂਲਾਂ ਦੀ ਜਿਹੜੀ ਗਵਰਨਿੰਗ ਬਾਡੀ ਆ ਉਹਦੀ ਮੀਟਿੰਗ ਹੋਏ ਨੂੰ 7 ਸਾਲ ਹੋ ਗਏ, 5 ਸਾਲ ਕਾਂਗਰਸ ਸਰਕਾਰ ਵੇਲੇ ਨਹੀਂ ਹੋਈ, 2 ਸਾਲ ਇਹਨਾਂ ਦੇ ਵੇਲੇ ਨਹੀਂ ਹੋਈ, ਉਹ ਮੀਟਿੰਗ ਕਰੇ, ਇੱਥੋਂ ਦੇ ਅਧਿਆਪਕ ਜਿਹੜੇ 10 ਸਾਲ ਤੋਂ ਕੱਚੇ ਰੁੜ ਰਹੇ ਨੇ ਉਹਨਾਂ ਨੂੰ ਪੱਕਾ ਰੁਜ਼ਗਾਰ ਦੇਵੇ, ਜਿਹੜੇ ਸਾਡੇ ਸਾਲਾਨਾ ਵਾਧੇ ਪਿਛਲੇ 9 ਸਾਲ ਦੇ ਰੁਕੇ ਹੋਏ ਨੇ ਉਹ ਜਾਰੀ ਕਰਨ, ਵਿਦਿਆਰਥੀਆਂ ਦੀ ਪੜ੍ਹਾਈ ਲਈ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਜਿਹੜੀ ਸਰਕਾਰ ਵੱਲੋਂ ਕੰਮ ਕੀਤੇ ਜਾਣੇ ਚਾਹੀਦੇ ਨੇ, ਉਹਨਾਂ ਦੀ ਕੋਚਿੰਗ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ, ਮੈਸ ਦਾ ਜਿਹੜਾ ਖਾਣਾ ਹੈਗਾ ਉਹਦੀ ਡਾਈਟ ਵਧਾਈ ਜਾਣੀ ਚਾਹੀਦੀ ਹੈ, ਉਹਦੇ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਪਰ ਮੈਰੀਟੋਰੀ ਸਕੂਲਾਂ ਵੱਲ ਇਹਨਾਂ ਨੇ ਪਿੱਠ ਕਰੀ ਹੋਈ ਹੈ, ਜਿਸ ਕਰਕੇ ਅਸੀਂ ਇਹਨਾਂ ਨੂੰ ਦੱਸਣ ਆਏ ਹਾਂ ਵੀ ਇਹ ਸਕੂਲ ਤੁਹਾਡੇ ਆਸਰੇ ਨਹੀਂ ਹੈਗੇ, ਇਹ ਅਧਿਆਪਕਾਂ ਦੀ ਮਿਹਨਤ ਦੇ ਆਸਰੇ ਨੇ, ਸਾਡੇ ਵਿਦਿਆਰਥੀਆਂ ਦੀ ਮਿਹਨਤ ਦੇ ਆਸਰੇ ਨੇ, ਇਹਨਾਂ ਦੇ ਸਾਡੇ ਤੋਂ ਸਾਡੇ ਵੱਲ ਪਿੱਠ ਕਰਨ ਦੇ ਬਾਵਜੂਦ ਵੀ ਮੈਰੀਟੋਰੀਅਸ ਸਕੂਲ ਸਿਖਰ 'ਤੇ ਨੇ ਅਤੇ ਸਿਖਰ 'ਤੇ ਰਹਿਣਗੇ, ਕਿਉਂਕਿ ਇੱਥੋਂ ਮਿਹਨਤੀ ਸਟਾਫ ਹੈ, 10 ਸਾਲ ਤੋਂ ਮਿਹਨਤ ਕਰ ਰਿਹਾ, ਅੱਗੇ ਵੀ ਕਰਦਾ ਰਹੂਗਾ, ਪਰ ਅਸੀਂ ਇਹਨਾਂ ਦੀ ਪੋਲ ਹਰ ਥਾਂ ਜਾ ਕੇ ਖੋਲ੍ਹਾਂਗੇ ਵੀ ਇਹ ਵਾਅਦੇ ਕੀ ਕਰਦੇ ਨੇ ਅਤੇ ਅਸਲ ਵਿੱਚ ਕੰਮ ਕੀ ਕਰਨੇ। ਅੱਛਾ, ਜਲੰਧਰ ਪੱਛਮੀ ਵਿਧਾਨ ਸਭਾ ਹਲਕਾ ਕਿਉਂ ਚੁਣਿਆ ਜੀ? ਇੱਥੋਂ ਦੇ ਲੋਕਾਂ ਤੱਕ ਤੁਸੀਂ ਕਿਉਂ ਮੈਸੇਜ ਪਹੁੰਚਾਉਣ ਆਏ ਹੋ ਵੀ ਭਾਈ ਆਮ ਆਦਮੀ ਪਾਰਟੀ ਨੂੰ ਵੋਟਿੰਗ ਨਾ ਕਰਿਓ? ਜਲੰਧਰ ਪੱਛਮੀ ਵਿੱਚ ਇੱਕ ਮੈਰੀਟੋਰੀਅਸ ਸਕੂਲ ਆ ਸਾਡਾ ਜਲੰਧਰ ਵਿੱਚ ਹੀ, ਉਸ ਸਕੂਲ ਵਿੱਚ ਵਿਦਿਆਰਥੀਆਂ ਦੀ ਮੈਰਿਟਾਂ ਆਈਆਂ ਨੇ, ਉਸ ਸਕੂਲ 'ਚੋਂ ਵਿਦਿਆਰਥੀ ਜੇਈ ਮੇਨਸ ਵਿੱਚ ਪਾਸ ਕੀਤਾ, ਉਸ ਸਕੂਲ ਦੇ ਵਿਦਿਆਰਥੀਆਂ ਨੇ ਨੀਟ ਦੀ ਪ੍ਰੀਖਿਆ ਪਾਸ ਕੀਤੀ, ਉਸ ਸਕੂਲ ਦੇ ਅਧਿਆਪਕਾਂ ਵੱਲ ਇਹਨਾਂ ਦਾ ਧਿਆਨ ਕਿਉਂ ਨਹੀਂ ਹੈਗਾ? ਉਸ ਸਕੂਲ ਦਾ ਇਹ ਨਾਂ ਤੱਕ ਕਿਉਂ ਨਹੀਂ ਲੈਂਦੇ ਹੈਗੇ? ਸਾਡਾ ਸਕੂਲ ਇਸ ਹਲਕੇ ਵਿੱਚ ਆ, ਇਸ ਹਲਕੇ ਦੀਆਂ ਚੋਣਾਂ ਚੱਲ ਰਹੀਆਂ ਨੇ, ਅਤੇ ਅੱਜ ਇਹ ਜਲੰਧਰ ਪੱਛਮੀ ਦੇ ਲੋਕਾਂ ਨੂੰ ਆਪਦੇ ਝੂਠੇ ਵਾਅਦੇ ਫਿਰ ਦੱਸਣ ਆਏ ਨੇ। ਅਸੀਂ ਜਲੰਧਰ ਪੱਛਮੀ ਦੇ ਲੋਕਾਂ ਨੂੰ ਦੱਸਣ ਆਏ ਹਾਂ ਵੀ ਇਹ ਸਾਰੇ ਝੂਠੇ ਵਾਅਦੇ ਨੇ, ਚਾਰੇ ਪਾਸੇ ਨਿਗਾਹ ਮਾਰ ਕੇ ਦੇਖ ਲਓ, ਅੱਡ ਯੂਨੀਅਨਾਂ ਬੈਠੀਆਂ ਨੇ। ਜਿਹੜਾ ਮੰਤਰੀ ਇਸ ਗੱਲ ਦੇ ਦਾਅਵੇ ਕਰਦਾ ਸੀ ਮੈਂ ਕੋਈ ਧਰਨਾ ਪ੍ਰਦਰਸ਼ਨ ਨਹੀਂ ਲੱਗਣ ਦਿੰਦਾ, ਉਹਨੂੰ ਸ਼ਰਮ ਨਹੀਂ ਆਉਂਦੀ, ਉਹਨੂੰ ਦੇਣਾ ਚਾਹੀਦਾ ਜਵਾਬ ਵੀ ਉਹਦੇ ਬਾਰ ਅੱਗੇ ਕਿੰਨੀਆਂ ਯੂਨੀਅਨਾਂ ਬੈਠੀਆਂ ਨੇ, ਉਹ ਕਾਹਤੋਂ ਬੈਠੀਆਂ ਨੇ, ਹੁਣ ਉਹਦੇ ਵਾਅਦੇ ਕਿੱਥੇ ਨੇ, ਹੁਣ ਉਹਦੇ ਦਾਅਵੇ ਕਿੱਥੇ ਨੇ? ਅਸੀਂ ਇਹ ਪੋਲ ਖੋਲ੍ਹਣ ਆਏ ਹਾਂ ਜਲੰਧਰ ਪੱਛਮੀ ਦੇ ਲੋਕਾਂ ਨੂੰ ਦੱਸਣ ਆਏ ਹਾਂ ਇਹਨਾਂ ਦੇ ਝੂਠੇ ਵਾਅਦਿਆਂ ਵਿੱਚ ਨਾ ਆਇਓ। ਪੰਜਾਬ ਦੇ ਲੋਕਾਂ ਨੇ ਲੋਕ ਸਭਾ ਦੀ ਚੋਣਾਂ 'ਚ ਇਹਨਾਂ ਨੂੰ ਦੱਸਤਾ, ਇਹ 13 ਦੇ ਵਾਅਦੇ ਕਰ ਦਾਅਵੇ ਮਾਰਦਾ ਸੀ ਨਾ, 3 'ਤੇ ਰਹਿ ਗਿਆ, ਹੁਣ 93 ਆ, 93 ਤੋਂ ਵੀ 92 ਆ, 92 ਤੋਂ ਵੀ 2-3 ਰਹੂ। ਲੋਕਾਂ ਨੇ ਇਹਨੂੰ ਦੱਸ ਦੇਣਾ ਵੀ ਤੁਸੀਂ ਵਾਅਦੇ ਕੀਤੇ, ਵੱਡੇ ਵੱਡੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ, ਤਾਂ ਲੋਕਾਂ ਨੇ ਤੁਹਾਡਾ ਹਸ਼ਰ ਕੀ ਕਰਨਾ, ਉਹ ਅੱਗੇ 27 'ਚ ਦੱਸ ਦੇਣਗੇ ਜੇ ਇਹਨਾਂ ਨੇ ਅਣਗੌਲਿਆ ਕੀਤਾ। ਹਾਂਜੀ, ਭਗਵੰਤ ਮਾਨ ਸਾਹਿਬ ਕਹਿੰਦੇ ਆਓ ਮੇਰੀ ਕੋਠੀ ਆਓ, ਜਲੰਧਰ ਮੈਂ ਕੋਠੀ ਲਈ ਹੋਈ ਆ, ਉੱਥੇ ਆ ਕੇ ਆਪਾਂ ਤੁਹਾਡੇ ਮਸਲੇ ਹੱਲ ਕਰਦਾ ਹੈ, ਤੁਹਾਨੂੰ ਸੜਕਾਂ 'ਤੇ ਆਉਣ ਲਈ ਕਿਉਂ ਮਜਬੂਰ ਹੋਣਾ ਪੈ ਗਿਆ? ਇਹਨਾਂ ਦੀ ਕੋਠੀ ਅਸੀਂ 2 ਦਿਨ ਬੈਠ ਕੇ ਆਏ ਹਾਂ,
ਸਾਨੂੰ ਲੈ ਗਏ ਅੰਦਰ। ਇਹ ਕਹਿੰਦਾ ਵੀ ਮੈਂ ਰਾਜੇ ਤੋਂ ਵੱਖਰ ਹਾਂ, ਰਾਜੇ ਦਾ ਵੀ OSD ਮੀਟਿੰਗਾਂ ਕਰਦਾ ਸੀ, ਇਹਦਾ ਵੀ OSD ਮੀਟਿੰਗ ਕਰ ਰਿਹਾ, ਫੋਟੋ ਖਿੱਚ ਕੇ ਸਕੱਤਰਾਂ ਨੂੰ ਫੋਟੋ ਭੇਜ ਦਿੰਦਾ ਜੀ, ਇਹਨਾਂ ਦਾ ਮਸਲਾ ਦੇਖੋ। ਐਂ ਮਸਲੇ ਹੱਲ ਹੁੰਦੇ ਨੇ? ਮੁੱਖ ਮੰਤਰੀ ਆਪ ਕਿੱਥੇ ਬੜਿਆ ਬੈਠਾ? ਆਪ ਤਾਂ ਲੋਕਾਂ 'ਚ ਵੋਟਾਂ ਮਿਲਣ ਜਾ ਰਿਹਾ, ਅਤੇ ਲੋਕ ਉਹਨਾਂ ਦੇ ਘਰ ਬੈਠੇ ਨੇ। ਸਾਡੀ ਗੱਲ ਸੁਣੋ, ਉੱਥੇ ਯੂਨੀਅਨਾਂ ਦਾ ਇਕੱਠ ਦਾ ਦੇਖੋ ਕਿੰਨਾ, ਕਿਸੇ ਨੂੰ ਨਹੀਂ ਮਿਲਾ ਰਹੇ, ਉਹ ਸਿਰਫ ਇੱਕ ਪ੍ਰਚਾਰ ਲਈ ਰੀਲਾਂ ਬਣਾਉਣ ਲਈ ਆ ਵੀ ਮੈਂ ਆਇਆ ਬੈਠਾ। ਅਸੀਂ ਤੁਹਾਡੇ ਚੈਨਲ ਰਾਹੀਂ ਕਹਿੰਦੇ ਹਾਂ ਵੀ ਅਸੀਂ ਬੈਠੇ ਹਾਂ, ਅਸੀਂ ਛੱਡੋ ਕਿੰਨੀਆਂ ਯੂਨੀਅਨਾਂ ਬੈਠੀਆਂ ਨੇ, ਇੱਥੇ ਆ ਕੇ ਤਾਂ ਦਿਖਾਵੇ, ਉਹਦਾ ਨੇੜੇ ਨਹੀਂ ਲੰਘਦਾ ਹੈਗਾ, ਲੁੱਕ ਕੇ ਆਊਗਾ, ਲੁੱਕ ਕੇ ਪ੍ਰਚਾਰ ਕਰੂਗਾ, ਜਦੋਂ ਆਊਗਾ ਉਦੋਂ ਕਿਸੇ ਨੂੰ ਨੇੜੇ ਨਹੀਂ ਇਹਨਾਂ ਨੇ ਲੱਗਣ ਦੇਣਾ। ਉੱਥੇ ਪੁਲਿਸ ਵੀ ਆ ਜੂਗੀ, ਤੁਸੀਂ ਦੇਖ ਲਿਓ, ਬੈਰੀਕੇਡਿੰਗ ਹੁੰਦੀ, ਨਾ ਤੁਹਾਨੂੰ ਨੇੜੇ ਲੱਗਣ ਦੇਣਾ, ਨਾ ਸਾਨੂੰ ਨੇੜੇ ਲੱਗਣ ਦੇਣਾ, ਕੋਈ ਸਵਾਲ ਤਾਂ ਦੱਸ ਦਿਓ ਨਾ, ਕਿਸੇ ਬੇਰੁਜ਼ਗਾਰ ਨੂੰ ਦਾ ਸਵਾਲ ਐਡਰੈਸ ਕਰਦਾ ਦੇਖਿਆ ਤੁਸੀਂ ਜਲੰਧਰ 'ਚ ਮੁੱਖ ਮੰਤਰੀ? ਬਾਈ ਜੀ, ਤੁਸੀਂ ਲੱਗਦਾ ਭਗਵੰਤ ਮਾਨ ਸਾਹਿਬ ਹੁਣਾਂ ਦਾ ਭਾਸ਼ਣ ਨਹੀਂ ਸੁਣਦੇ ਹੋ, ਕਹਿੰਦੇ ਸਾਡੀ ਸਰਕਾਰ ਹੀ ਗਲੀਆਂ ਮੁਹੱਲਿਆਂ ਜਾਂ ਸੱਥਾਂ 'ਚੋਂ ਚੱਲਦੀ ਹੈ ਜੀ। ਉਹ ਦੇਖ ਤਾਂ ਲਓ, ਅਸੀਂ ਗਲੀਆਂ ਮੁਹੱਲਿਆਂ 'ਚ ਹੀ ਖੜ੍ਹੇ ਹਾਂ, ਆਹ ਹੁਣ ਜਲੰਧਰ ਪੱਛਮੀ ਦਾ ਸਾਰਾ ਹਲਕਾ ਗਾ ਕੇ ਆਏ ਹਾਂ, ਸਾਨੂੰ ਕੋਈ ਮਿਲਿਆ ਤਾਂ ਹੈ ਨਹੀਂ, ਇਹਨਾਂ ਦੇ ਦਫ਼ਤਰ ਅੱਗੇ ਬੈਠੇ ਹਾਂ, ਕਹਿ ਦਿਓ ਆ ਕੇ ਬਾਹਰ ਸਾਡੇ ਨਾਲ ਗੱਲ ਕਰਨਗੇ। ਇੱਕ ਬੰਦਾ ਵੀ ਆ ਕੇ ਗੱਲ ਕਰੇ, ਗੱਲ ਕਰਨ ਦੀ ਹਿੰਮਤ ਨਹੀਂ ਹੈਗੀ ਇਹਨਾਂ ਵਿੱਚ। ਹਿੰਮਤ ਤਾਂ ਹੋਵੇ ਜੇ ਕੋਈ ਕੰਮ ਕੀਤਾ ਹੋਵੇ, ਜਦ ਕੰਮ ਹੀ ਨਹੀਂ ਕੀਤਾ ਹਿੰਮਤ ਕਿੱਥੋਂ ਆਉਣੀ ਆ। ਇਹ ਜਿਹੜਾ ਜਲੰਧਰ ਪੱਛਮੀ ਦਾ ਜਿਹੜਾ ਹੈ ਮੁੱਖ ਦਫ਼ਤਰ ਆ, ਇਹਦੇ ਬਾਹਰ ਕੋਈ ਵੀ ਨਹੀਂ ਆਇਆ ਤੁਹਾਨੂੰ ਮਿਲਣ ਜੀ? ਤੁਹਾਡੇ ਸਾਹਮਣੇ ਦੇਖ ਲਓ ਜੀ, ਅਸੀਂ ਕਦੋਂ ਦੇ ਬੈਠੇ ਹਾਂ, ਅਸੀਂ ਜਲੰਧਰ 'ਚ 10 ਵਜੇ ਦੇ ਪ੍ਰਚਾਰ ਕਰਨ ਲੱਗੇ ਹੋਏ ਹਾਂ, ਅੱਡ ਅੱਡ ਯੂਨੀਅਨ ਕੰਪਿਊਟਰ ਟੀਚਰ ਇੱਧਰ ਬੈਠੇ ਨੇ, ਪੁਰਾਣੀ ਪੈਨਸ਼ਨ ਵਾਲੇ ਬੈਠੇ ਨੇ, ਆਰਟ ਐਂਡ ਕ੍ਰਾਫਟ ਵਾਲੇ ਬੈਠੇ ਨੇ, ਤੁਸੀਂ ਕਿਸੇ ਨੂੰ ਪੁੱਛ ਲਓ ਵੀ ਕਿਸੇ ਨੂੰ ਮਿਲਣ ਆਇਆ ਹੋਵੇ, ਨਹੀਂ ਮਿਲਦੇ ਹੈਗੇ। ਇਹਨਾਂ ਦੇ ਝੂਠੇ ਫੋਕੇ ਦਾਅਵੇ ਨੇ, ਉਹਨਾਂ ਦਾਅਵਿਆਂ ਦੀ ਫੂਕ ਕੱਢਣ ਲਈ ਸਾਰੀਆਂ ਯੂਨੀਅਨ ਆਈਆਂ ਨੇ, ਅਸੀਂ ਵੀ ਆਏ ਹਾਂ, ਇਹਨਾਂ ਦੇ ਦਾਅਵਿਆਂ ਦੀ ਫੂਕ ਤੁਹਾਨੂੰ ਚੋਣ ਨਤੀਜਿਆਂ 'ਚ ਪਤਾ ਲੱਗ ਜਾਣੀ। ਜਦੋਂ 2022 ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਵੀ ਭਾਈ ਸਾਡੀ ਸਰਕਾਰ ਬਣਾ ਦਿਓ, ਪੰਜਾਬ ਦੇ ਵਿੱਚ ਕੋਈ ਧਰਨਾ ਨਹੀਂ ਦੇਖਣ ਨੂੰ ਮਿਲੇਗਾ, ਉਦੋਂ ਤੁਹਾਡੇ ਜ਼ਿਹਨ 'ਚ ਖਿਆਲ ਕੀ ਹੁੰਦਾ ਸੀਗਾ ਜੀ? ਨਹੀਂ, ਉਦੋਂ ਤਾਂ ਸਾਰੇ ਪੰਜਾਬ ਦੇ ਜ਼ਿਹਨ 'ਚ ਹੀ ਖਿਆਲ ਆਉਂਦਾ ਸੀ, ਸ਼ਾਇਦ ਇਹ ਆਪਦੇ ਆਪ ਨੂੰ ਕਹਿੰਦਾ ਮੈਂ ਮਾਸਟਰ ਦਾ ਮੁੰਡਾ, ਕੀ ਪਤਾ ਇਹ ਆਮ ਲੋਕਾਂ ਦੀ ਸਮੱਸਿਆਵਾਂ ਸਮਝਦਾ ਹੋਵੇ। ਉਦੋਂ ਤਾਂ ਇਹ ਕਹਿੰਦਾ ਸੀ ਨਾ ਵੀ ਮੰਤਰੀਆਂ ਦੇ ਕਾਫਲੇ ਨੇ, ਮੈਂ ਇਹੋ ਜਿਹੇ ਕਾਫਲੇ ਲੈ ਕੇ ਨਹੀਂ ਤੁਰਦਾ। ਹੁਣ 200 ਗੱਡੀ ਕਿਵੇਂ ਚੱਲਦੀ ਹੈ ਇਹਦੇ ਨਾਲ? ਹੁਣ ਲੋਕਾਂ ਦਾ ਭਰਮ ਟੁੱਟ ਚੁੱਕਿਆ, ਅਤੇ ਲੋਕ ਸਭਾ ਦੀ ਚੋਣਾਂ 'ਚ ਲੋਕਾਂ ਨੇ ਦੱਸਤਾ ਵੀ ਤੂੰ ਵੀ ਉਹਨਾਂ ਵਰਗਾ ਹੀ ਆ, ਤੂੰ ਵੀ ਉਹੀ ਰਾਜੇ ਵਰਗਾ। ਇੱਥੇ ਤੁਸੀਂ ਕਲੀਅਰ ਕਹਿ ਸਕਦੇ ਹੋ ਵੀ ਭਾਈ ਮਾਸਟਰ ਦਾ ਮੁੰਡਾ ਮਾਸਟਰਾਂ ਦੇ ਨਾਲ ਧੋਖਾ ਕਰ ਰਿਹਾ ਜੀ? ਬਿਲਕੁਲ ਕਰ ਰਿਹਾ ਜੀ, ਇਹਦੇ ਬਾਹਰ ਅੱਗੇ ਸੰਗਰੂਰ ਲੋਕ ਰੁਲੀ ਜਾਂਦੇ ਨੇ, ਇਹਦੇ ਪਿੰਡ ਲੋਕਾਂ ਦੇ ਲਾਠੀ ਚਾਰਜ ਹੋਇਆ, ਬਾਹਾਂ 'ਚ ਭਜਾ ਭਜਾ ਕੇ ਇਹਨਾਂ ਨੇ ਮਾਸਟਰ ਕੁੱਟੇ ਨੇ, ਅਤੇ ਧੋਖਾ ਨਹੀਂ ਹੋਰ ਕੀ ਆ? ਮਾਸਟਰਾਂ ਨਾਲ ਇੱਕ ਮੀਟਿੰਗ ਦਿਖਾ ਦਿਓ ਤੁਸੀਂ, ਮੁੱਖ ਮੰਤਰੀ ਦੀ ਹੋਈ ਹੋਵੇ, ਕੋਈ ਮੀਟਿੰਗ ਉਹ ਕਰਦਾ ਨਹੀਂ ਹੈਗਾ, ਕੋਈ ਮਾਸਟਰਾਂ ਨਾਲ ਉਹ ਗੱਲ ਨਹੀਂ ਕਰਦਾ, ਕਿਸੇ ਮਾਸਟਰ ਨੂੰ ਉਹਨੇ ਪੱਕਾ ਕੀਤਾ ਹੋਵੇ, ਪੱਕਾ ਦੇ ਕਰਨ ਦੇ ਨਾਂ 'ਤੇ ਹੁਣੇ ਮਜ਼ਾਕ ਕਰਕੇ ਹਟਿਆ, ਪਿਛਲੇ ਸਾਲ ਉਹਨਾਂ ਦੀ ਤਨਖਾਹਾਂ 'ਚ ਵਾਧਾ ਕਰਕੇ ਕਹਿੰਦਾ ਜੀ ਮੈਂ ਅਧਿਆਪਕ ਪੱਕੇ ਕੀਤੇ ਨੇ, ਪੱਕੇ ਪੱਕਾ ਰੁਜ਼ਗਾਰ ਕੀ ਹੁੰਦਾ ਉਹਨਾਂ ਸਾਡੇ ਵਰਗਿਆਂ ਨੂੰ ਪੁੱਛ ਕੇ ਦੇਖੋ ਜਿਹੜੇ ਉਹਦੇ ਲਈ ਤਰਸ ਰਹੇ ਨੇ। ਤੁਹਾਡੀਆਂ ਹੁਣ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਇੱਥੇ ਤੁਸੀਂ ਖੜ੍ਹੇ ਹੋ, ਲੋਕਾਂ ਤੱਕ ਕੀ ਮੈਸੇਜ ਦਿਓਗੇ? ਅਸੀਂ ਲੋਕਾਂ ਤੱਕ ਇਹੀ ਮੈਸੇਜ ਪਹੁੰਚਾਉਂਦੇ ਵੀ ਆਏ ਹਾਂ, ਅਸੀਂ ਆਪਣਾ ਬਕਾਇਦਾ ਪਰਚੇ ਵੰਡੇ ਨੇ ਵੀ ਇਹਨਾਂ ਦੇ ਜਿਹੜੇ ਸਿੱਖਿਆ ਕ੍ਰਾਂਤੀ ਆ, ਸਿੱਖਿਆ ਕ੍ਰਾਂਤੀ ਦਾ ਨਾਂ ਲੈ ਕੇ ਇਹ ਸਰਕਾਰ ਆਈ ਆ, ਪਰ ਇਹਨਾਂ ਦੇ ਸਿੱਖਿਆ ਕ੍ਰਾਂਤੀ ਦੇ ਜਿਹੜੇ ਵਾਅਦੇ ਨੇ, ਦਾਅਵੇ ਨੇ, ਉਹ ਝੂਠੇ ਨੇ। ਸਿੱਖਿਆ ਕ੍ਰਾਂਤੀ ਲਿਆਉਣ ਵਾਲੇ ਸਕੂਲਾਂ ਨੂੰ ਉਹ ਸਾਈਡ 'ਤੇ ਕਰ ਰਹੇ ਨੇ, ਅਤੇ ਫੋਕੀ 'ਚ ਸਿੱਖਿਆ ਕ੍ਰਾਂਤੀ ਆ ਜਿਹੜੀ ਇਕੱਲੀ ਸੋਸ਼ਲ ਮੀਡੀਆ 'ਤੇ ਆ ਰਹੀ ਆ, ਅਸਲ ਵੀ ਸਿੱਖਿਆ ਕ੍ਰਾਂਤੀ ਕਿੱਥੇ ਆ? ਉਹ ਤੁਹਾਡੇ ਸਾਹਮਣੇ ਅਧਿਆਪਕ ਰੋਲ ਰਹੇ ਨੇ, ਵਿਦਿਆਰਥੀਆਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਕੋਈ ਨਹੀਂ ਪੁੱਛ ਰਹੇ। ਆਹ ਪਰਚਾ ਮੇਰੇ ਹੱਥ ਵਿੱਚ ਆ, ਅਸੀਂ ਸਾਰੀ ਥਾਂ 'ਤੇ ਵੰਡਦੇ ਆਏ ਹਾਂ ਵੀ ਪੰਜਾਬ ਜਲੰਧਰ ਦੇ ਲੋਕਾਂ ਨੂੰ ਦੱਸੀਏ ਵੀ ਭਾਈ ਆਹ ਇਹਨਾਂ ਦੀ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ੍ਹੀ ਹੋਈ ਹੈ। ਇਹਦੇ ਵਿੱਚ ਕੀ ਹੈਗਾ ਜੀ? ਇਹਦੇ ਵਿੱਚ ਅਸੀਂ ਦੱਸਿਆ ਹੋਇਆ ਵੀ 10 ਸਾਲਾਂ ਤੋਂ ਜਿਵੇਂ ਪਿਛਲੀਆਂ 2 ਸਰਕਾਰਾਂ, ਅਕਾਲੀ ਦਲ ਦੀ ਸਰਕਾਰ ਅਤੇ ਕਾਂਗਰਸ ਦੀ ਸਰਕਾਰ ਸਾਡੇ ਨਾਲ ਧੱਕਾ ਕਰਦੀ ਆਈ ਸੀ, ਉਵੇਂ ਹੀ ਧੱਕਾ ਇਹਨਾਂ ਦੀ ਸਰਕਾਰ ਕਰ ਰਹੀ ਹੈ। ਉਹਨਾਂ ਨੇ ਵੀ ਅਧਿਆਪਕਾਂ ਨੂੰ ਕੱਚੇ ਰੋਲਿਆ, ਮੈਰੀਟੋਰੀਅਸ ਟੀਚਰ ਨੂੰ ਕੱਚੇ ਰੋਲਿਆ, ਇਹ ਵੀ ਕੱਚੇ ਰੋਲ ਰਹੀ ਆ। ਉਹਨਾਂ ਨੇ ਵੀ ਸਾਡੇ ਜਿਹੜੇ ਸਲਾਨਾ ਵਾਧੇ ਸੀ ਉਹ ਰੋਕ ਕੇ ਰੱਖੇ, ਇਹਨਾਂ ਨੇ ਵੀ ਰੋਕ ਕੇ ਰੱਖੇ ਹੋਏ ਨੇ। ਇਹੀ ਮਤਲਬ ਜਿਹੜੀ ਡਾਇਟ ਸਾਡੇ ਬੱਚਿਆਂ ਦੀ 183 ਹੁੰਦੀ ਸੀ ਉਹ 80 'ਤੇ ਪਹੁੰਚ ਗਈ। ਇਹ ਕਹਿੰਦੇ ਬੱਚਿਆਂ ਨੂੰ ਅਸੀਂ ਸਕੂਲਾਂ ਦੇ ਬੱਚਿਆਂ ਨੂੰ ਚੰਗੀ ਡਾਇਟ ਦੇਵਾਂਗੇ, ਚੰਗੀ ਡਾਇਟ ਦੇਣ ਦੇ ਨਾਂ 'ਤੇ ਸਾਡੇ ਸਕੂਲਾਂ ਵਿੱਚ ਡਾਇਟ ਘਟਾਈ ਜਾ ਰਹੀ ਹੈ ਲਗਾਤਾਰ। ਅਸੀਂ ਇਹ
ਦਾਅਵੇ ਇਹਨਾਂ ਦੇ ਇਹ ਪਰਚਿਆਂ ਰਾਹੀਂ ਖੋਲ੍ਹੇ ਨੇ ਅਤੇ ਅੱਗੇ ਵੀ ਅਸੀਂ ਗਿੱਦੜਬਾਹਾ ਵੀ ਖੋਲ੍ਹਾਂਗੇ, ਜਿੱਥੇ ਮੁੱਖ ਮੰਤਰੀ ਜਾਊਗਾ ਉੱਥੇ ਜਾ ਕੇ ਅਸੀਂ ਇਹਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹਾਂਗੇ। ਬਿਲਕੁਲ, ਇੱਧਰ ਭੈਣਾਂ ਵੀ ਪਹੁੰਚੀਆਂ ਹੋਈਆਂ ਨੇ, ਸਵਾਲ ਖੜੇ ਕੀਤੇ ਨੇ ਪੰਜਾਬ ਸਰਕਾਰ 'ਤੇ, ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਖੜੇ ਕੀਤੇ ਨੇ ਵੀ ਭਾਈ ਕੀ ਮੈਰੀਟੋਰੀਅਸ ਸਕੂਲਾਂ ਵਿੱਚ ਗਰੀਬ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਨੂੰ ਸਰਕਾਰ ਪ੍ਰਫੁੱਲਿਤ ਨਹੀਂ ਕਰਨਾ ਚਾਹੁੰਦੀ, ਇਹਨਾਂ ਵੱਲੋਂ ਸਵਾਲ ਖੜਾ ਕੀਤਾ ਜਾ ਰਿਹਾ ਹੈ। ਭੈਣ ਜੀ, ਇਹ ਤਖਤੀ ਹੱਥ ਦੇ ਵਿੱਚ ਫੜੀ ਹੋਈ ਹੈ, ਪੰਜਾਬ ਸਰਕਾਰ ਗਰੀਬ ਬੱਚਿਆਂ ਵੱਲ ਧਿਆਨ ਨਹੀਂ ਦੇ ਰਹੀ ਜੀ? ਨਹੀਂ ਜੀ, ਅਸਲ ਦੇ ਵਿੱਚ ਇਹ ਬੰਦਾ ਕਹਿ ਰਿਹਾ, ਇਹਦਾ ਜਦੋਂ ਬੱਚਾ ਹਾਲੇ ਦੁਨੀਆ 'ਚ ਆਇਆ ਵੀ ਨਹੀਂ ਸੀ, ਇਹਨੂੰ ਆਪਣੇ ਬੱਚੇ ਦੀ ਇੰਨੀ ਖੁਸ਼ੀ ਸੀ, ਇਹਨੇ ਸੋਸ਼ਲ ਮੀਡੀਆ 'ਤੇ ਸ਼ੋਅ ਕੀਤਾ ਕਿ ਅਸੀਂ ਕਿਸੇ ਦੇ ਬੱਚੇ ਨਹੀਂ, ਮੇਰਾ ਬੇਟਾ 2.5 ਸਾਲ ਦਾ, ਮੈਂ ਕੰਮ ਵਾਲੀ ਦੇ ਕੋਲ ਛੱਡ ਕੇ ਆਈ ਆਪਣਾ ਬੱਚਾ, ਮੈਂ ਰਾਤ ਨੂੰ ਘਰੇ ਵੜਦਾ, ਅਸੀਂ ਕਿਸੇ ਦੇ ਬੱਚੇ ਨਹੀਂ, ਸਾਡੇ ਬੱਚੇ ਕਿਸੇ ਦੇ ਬੱਚੇ ਨਹੀਂ, ਔਰ ਜਿਹੜੇ ਸਾਡੇ ਹਰ ਇੱਕ ਸਕੂਲ 'ਚ 1,000-1,000 ਬੱਚਾ, 10,000 ਬੱਚਾ ਬੈਠਾ, ਉਹ ਕਿਸੇ ਦਾ ਬੱਚਾ ਨਹੀਂ ਹੈਗਾ। ਦੂਜੀ ਗੱਲ ਕੀ ਆ, ਇਹ ਸਾਡੇ ਸਕੂਲਾਂ ਦੀ ਰੀਸ ਕਰਕੇ ਸਕੂਲ ਆਫ ਐਮੀਨੈਂਸ ਖੋਲ੍ਹ ਰਿਹਾ, ਉੱਥੇ ਕੋਚਿੰਗਾਂ ਸਟਾਰਟ ਕਰ ਰਿਹਾ, ਪਰ ਇਹ ਦੱਸਦਾ ਕਿਉਂ ਨਹੀਂ ਉਹ ਕਾਪੀ ਸਾਡੇ ਸਕੂਲਾਂ ਨੂੰ ਹੀ ਕਰ ਰਿਹਾ, ਅਤੇ ਜਿਹੜੇ ਰਿਜ਼ਲਟ ਆਏ ਨੇ ਇਹ ਆਪਣੇ ਸਰਕਾਰੀ ਸਕੂਲਾਂ ਦੇ ਟੈਗ ਲਾ ਕੇ ਕਰਦਾ। ਜੇ ਇਹਦੇ 'ਚ ਹਿੰਮਤ ਹੈ, ਆਪਣੇ ਸਕੂਲਾਂ ਦਾ ਰਿਜ਼ਲਟ ਅੱਡ ਤੋਂ ਦਿਖਾਵੇ, ਸਾਡੇ ਸਕੂਲ ਸਾਈਡ 'ਤੇ ਕੱਢੇ, ਅਸੀਂ ਨਹੀਂ ਚੰਗੇ ਲੱਗਦੇ, ਸਾਡੇ ਬੱਚਿਆਂ ਦਾ ਰਿਜ਼ਲਟ ਕਿਉਂ ਚੰਗਾ ਲੱਗਦਾ? ਸਾਡਾ ਸਵਾਲ ਇਹ ਹੈ। ਇਹ ਬਦਲਾਅ ਲਿਆਉਣ ਦੇ ਵਿੱਚ ਤੁਸੀਂ ਸਹਿਯੋਗ ਕੀਤਾ ਸੀਗਾ ਜੀ? ਹਾਂਜੀ, ਕੋਈ ਇਹਦਾ ਸਰਕਾਰ ਵੱਲੋਂ ਕੋਈ ਕੋਚਿੰਗ ਨਹੀਂ, ਸਾਡੇ ਟੀਚਰ ਹੀ ਪੜ੍ਹਾ ਰਹੇ ਨੇ, ਮੈਂ 6 ਪੰਜਾਬੀ ਟੀਚਰ ਹਾਂ, ਜਿੰਨਾ ਹੋ ਸਕਦਾ ਮੈਂ ਹੈਲਪ ਕਰਦੀ ਹਾਂ, ਮੈਂ ਐਜ਼ ਏ ਵਾਰਡਨ ਵੀ ਡਿਊਟੀ ਕਰ ਰਹੀ ਹਾਂ ਪਟਿਆਲਾ ਸਕੂਲ ਦੇ ਵਿੱਚ, ਸਾਡੇ ਫਿਜ਼ਿਕਸ ਕੈਮਿਸਟਰੀ ਦੇ ਟੀਚਰ ਉੱਥੇ ਅਵੇਲੇਬਲ ਨੇ, ਸਾਡੇ ਫਲੈਟਾਂ 'ਚ ਟੀਚਰ ਰਹਿੰਦੇ ਨੇ, ਬੱਚੇ ਉਹਨਾਂ ਕੋਲ ਕਦੇ ਵੀ ਆ ਕੇ ਪੜ੍ਹ ਸਕਦੇ ਨੇ, ਸਾਡੇ ਈਵਨਿੰਗ ਕਲਾਸਿਸ ਲੱਗਦੀਆਂ ਨੇ, ਸ਼ਾਮ ਨੂੰ ਹੋਸਟਲ ਦੇ ਵਿੱਚ ਸਟੱਡੀ ਪੀਰੀਅਡ ਲੱਗਦੇ ਨੇ, ਸਾਨੂੰ ਕੋਈ ਡਬਲ ਪੈਸਾ ਤਾਂ ਮਿਲ ਨਹੀਂ ਨਾ ਰਿਹਾ, ਪਰ ਫਿਰ ਵੀ ਅਸੀਂ 100% ਕਰ ਰਹੇ ਨੇ, ਅਤੇ ਸਾਡੇ ਬੱਚੇ ਉਹਨਾਂ ਦੇ ਸਿਰ 'ਤੇ ਰਿਜ਼ਲਟ ਲਿਆ ਰਹੇ ਨੇ, ਕੋਈ ਕੋਚਿੰਗ ਦੇ ਸਿਰ 'ਤੇ ਰਿਜ਼ਲਟ ਨਹੀਂ ਆਏ ਸਾਡੇ ਬੱਚਿਆਂ ਦੇ। ਅੱਛਾ ਮੈਮ, ਭਗਵੰਤ ਮਾਨ ਸਾਹਿਬ ਜਦੋਂ ਮੁੱਖ ਮੰਤਰੀ ਨਹੀਂ ਬਣੇ ਸੀਗੇ 2022 ਦੀਆਂ ਚੋਣਾਂ ਤੋਂ ਪਹਿਲਾਂ, ਕਹਿੰਦੇ ਸੀ ਵੀ ਭਾਈ ਸਾਡੀ ਸਰਕਾਰ ਬਣਾਓ, ਪੰਜਾਬ ਦੇ ਵਿੱਚ ਧਰਨਾ ਨਹੀਂ ਦੇਖਣ ਨੂੰ ਮਿਲੇਗਾ, ਫਿਰ ਹੁਣ ਤੁਸੀਂ ਅੱਜ ਧਰਨਾ ਲਾ ਰਹੇ ਹੋ ਜੀ? ਸਰ, ਸਾਡੀ ਵੀ ਇਹੀ ਉਮੀਦ ਸੀ, ਅਸੀਂ ਖੁਦ ਵੀ ਵੋਟਾਂ ਪਾਈਆਂ ਅਤੇ ਰਿਸ਼ਤੇਦਾਰਾਂ ਤੋਂ ਵੀ ਪਵਾਈਆਂ, ਪਰ ਇਹ ਬੰਦਾ ਕੁਰਸੀ 'ਤੇ ਬੈਠ ਕੇ ਦਿਮਾਗ ਖਰਾਬ ਹੋ ਗਿਆ, ਪਰ ਇਸ ਬੰਦੇ ਨੂੰ ਇਹ ਨਹੀਂ ਪਤਾ ਜਿਹੜੇ ਵੱਡੇ ਵੱਡੇ ਬਹੁਤ ਕਹਿੰਦੇ ਸੀ ਅਸੀਂ ਖੁੰਡ ਪੁਰਾਣੇ ਬੈਠੇ ਹਾਂ, ਤਾਂ ਲੋਕਾਂ ਨੇ ਉਹ ਵੀ ਉਖਾੜਤੇ, ਅਤੇ ਇਹ ਬੰਦਾ ਵੀ ਮੁੱਦੇ ਮੂੰਹ ਡਿੱਗੂਗਾ, ਉਸ ਦਿਨ ਇਹਨੂੰ ਪਤਾ ਲੱਗੂਗਾ ਕਿ ਲੋਕਾਂ ਦੀ ਪਾਵਰ ਹੁੰਦੀ ਕੀ ਆ। ਤੁਹਾਡੀ ਸਾਰ ਲੈਣ ਕੋਈ ਮੰਤਰੀ ਜਾਂ ਵਿਧਾਇਕ ਇੱਥੇ ਨਹੀਂ ਪਹੁੰਚਿਆ? ਕੋਈ ਨਹੀਂ ਜੀ, ਇਹ ਸਕੂਲ ਸਾਡੇ ਜੁਲਾਈ 2014 ਤੋਂ ਬਣੇ ਨੇ, ਪੂਰੇ 10 ਸਾਲ ਸਾਨੂੰ ਜੁਲਾਈ 'ਚ ਹੋ ਜਾਣੇ ਆ, ਨਾ ਪਹਿਲੀਆਂ ਸਰਕਾਰਾਂ ਨੇ ਤਾਂ ਨਾ ਇਸ ਸਰਕਾਰਾਂ ਨੇ, ਇਹਨਾਂ ਸਰਕਾਰਾਂ 'ਚ ਫਿਰ ਫਰਕ ਕੀ ਰਿਹਾ? ਇਹ ਬੰਦਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਕਿ ਕਾਂਗਰਸ ਵੀ ਐਵੇਂ ਆ, ਅਕਾਲੀ ਵੀ ਐਵੇਂ ਆ, ਅਤੇ ਇਹ ਕੀ ਹੈ? ਸਾਡਾ ਤਾਂ ਅਸੀਂ ਆਮ ਆਦਮੀ ਹਾਂ ਜੀ। ਨਾ ਨਾ ਜੀ, ਪਤਾ ਨਹੀਂ ਕਿਹੜੇ ਆਮ ਆਦਮੀ ਆ, ਸਾਡੇ ਨਾਲ ਸਾਨੂੰ ਤਾਂ ਕਦੇ ਮਿਲੇ ਨਹੀਂ, ਇਹ ਕਿਹੜੇ ਆਮ ਆਦਮੀ ਨੇ? ਸਾਡਾ ਤਾਂ ਇਹੀ ਕੁਐਸਚਨ ਹੈ ਪਹਿਲਾਂ ਕਿ ਆਮ ਆਦਮੀ ਨੂੰ ਡਿਫਾਈਨ ਕਰ ਇਹ ਬੰਦਾ ਕਿ ਆਮ ਆਦਮੀ ਦਾ ਮਤਲਬ ਕੀ ਹੈ, ਕਿੱਥੇ ਇਹਦਾ ਆਮ ਆਦਮੀ? ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਪੰਜਾਬ ਦਾ ਪੁੱਤ ਹਾਂ ਜੀ। ਨਾ ਨਾ ਜੀ, ਕਹਿੰਦਾ ਕਿਸਾਨੀ ਦਾ ਪੁੱਤ ਹੈ ਮੈਂ, ਉਹ ਇਹਨੂੰ ਸਿੰਪਲੀ ਵੀਡੀਓ ਬਣਾਉਣ ਦਾ ਪਤਾ, ਜਿੱਥੇ ਮੌਕਾ ਮਿਲਦਾ ਟੀਮ ਨਾਲ ਰੱਖਦਾ, ਵੀਡੀਓ ਕਲਿੱਪ ਬਣਾ ਬਣਾ ਕੇ ਦਿਖਾਈ ਜਾਂਦਾ ਸਾਡੇ ਸਾਹਮਣੇ, ਇੱਥੇ ਆਏ ਡਰਦਾ ਕਿਉਂ ਹੈ? ਪਹਿਲਾਂ ਕਹਿੰਦਾ ਸੀ ਮੈਂ ਸਿਕਿਉਰਟੀ ਨਹੀਂ ਰੱਖਣੀ, ਮੈਂ ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਪੰਜਾਬ ਦਾ ਪੁੱਤ ਹੈ, ਅਸੀਂ ਵੀ ਕਿਸਾਨਾਂ ਦੇ ਪੁੱਤ ਹੈ, ਅਸੀਂ ਕਿਸਾਨਾਂ ਦੇ ਧੀਆਂ, ਇਹ ਸਾਤੋਂ ਕਿਉਂ ਡਰਦਾ? ਸਾਡੇ ਕੋਲ ਕੋਈ ਹਥਿਆਰ ਨਹੀਂ, ਅਸੀਂ ਕੁਛ ਇੱਥੇ ਕਰ ਨਹੀਂ ਆਏ, ਕੋਈ ਸਮਗਲਿੰਗ ਨਹੀਂ ਕਰ ਰਹੇ ਅਸੀਂ, ਅਸੀਂ ਟੀਚਰ ਹਾਂ, ਪੜ੍ਹੇ ਲਿਖੇ, ਮੈਂ ਨੈੱਟ ਕਲੀਅਰ ਹੈ, JRF ਕਲੀਅਰ ਹੈ ਮੇਰਾ, ਟੈਟ ਕਲੀਅਰ ਹੈ ਮੇਰਾ, CTET ਕਲੀਅਰ ਹੈ, ਮੈਂ PhD ਕਰ ਰਹੀ ਹਾਂ, ਇੱਥੇ ਆ ਕੇ ਬੰਦਾ ਗੱਲ ਕਰੇ ਜੇ ਇਸ ਹਿੰਮਤ ਹੈ ਜਿਹਨੇ ਵੋਟ ਲੈਣੀ ਆ, ਪਰ ਇਹ ਭੁੱਲ ਜੇ ਕਦੇ ਸਿਆਸਤ 'ਚ ਬੰਦਾ ਹੁਣ ਦੁਬਾਰਾ ਆਊਗਾ ਕਦੇ? ਤੁਸੀਂ ਸ਼ਾਇਦ ਭਗਵੰਤ ਮਾਨ ਸਾਹਿਬ ਹੋਣਾ ਦਾ ਭਾਸ਼ਣ ਨਹੀਂ ਸੁਣਦੇ ਹੋ, ਕਹਿੰਦੇ ਅਸੀਂ 70-75 ਸਾਲਾਂ ਵਾਲੇ ਕੰਮ ਅਸੀਂ 2 ਸਾਲਾਂ 'ਚ ਕੀਤੇ ਆ ਜੀ। ਆ ਜਾਵੇ, ਬੈਠ ਜਾਵੇ, ਟੇਬਲ ਟੋਕ ਕਰ ਲਿਓ, ਉਹਨੇ ਕੀ ਕੀਤਾ ਸਾਡੇ ਲਈ ਦੱਸੇ, ਕੀ ਕੀਤਾ ਮੈਰੀਟੋਰੀਅਸਲੀ, ਕੀ ਕੀਤਾ ਸਾਡੇ ਲਈ, ਕੀ ਕੀਤਾ ਆਲੇ ਦੁਆਲੇ ਜਿਹੜੇ ਇੰਨੇ ਸਾਰੇ ਆਪਣੇ ਬੱਚੇ ਘਰਾਂ ਛੱਡ ਕੇ ਇੰਨੀ ਜੁਲਾਈ ਦੀ ਤਪਦੀ ਸੜਕਾਂ 'ਤੇ ਗਰਮੀ 'ਚ ਅਸੀਂ ਬੈਠੇ ਹਾਂ, ਸਾਡਾ ਦਿਮਾਗ ਥੋੜ੍ਹੀ ਖਰਾਬ ਹੈ? ਸਾਨੂੰ ਮਾਨਸਿਕ ਤੌਰ 'ਤੇ ਇੰਨਾ ਪਰੇਸ਼ਾਨ ਕਰਤਾ, ਅਸੀਂ ਮਜਬੂਰ ਹੋ ਚੁੱਕੇ ਹਾਂ, ਅਸੀਂ ਸਾਰੇ 40 ਨੂੰ ਕ੍ਰੋਸ ਕਰ ਚੁੱਕੇ ਹਾਂ, ਕੀ ਸਾਡੇ ਕੋਲ ਹੋਰ ਪੋਸਟ ਭਰਨ ਦੀ ਐਲੀਜੀਬਿਲਟੀ ਰਹਿ ਗਈ ਹੈ? ਜਲੰਧਰ ਪੱਛਮੀ ਦੇ ਤੁਹਾਨੂੰ ਲੋਕ ਦੇਖ ਰਹੇ ਨੇ, ਉਹਨਾਂ ਨੂੰ ਕੁਝ ਕਹਿਣਾ ਚਾਹੋਗੇ, ਕੋਈ ਮੈਸੇਜ ਦਿਓਗੇ? ਅਸੀਂ ਉਹਨਾਂ ਨੂੰ ਕਹਿਣਾ, ਜਿਹੜਾ ਉਹਨਾਂ ਦਾ ਬੈਲਟ ਨੰਬਰ ਹੈ, ਮੇਰੇ ਖਿਆਲ ਸ਼ਾਇਦ 5 ਹੈ ਜਿਹੜਾ ਉਹਨਾਂ 'ਤੇ ਪੜਿਆ, ਵੀ ਭੁੱਲ ਕੇ ਵੀ ਉਹ ਬਟਨ ਨਾ ਦੱਬਿਓ, ਭੁੱਲ ਕੇ ਵੀ ਨਾ ਦੱਬਿਓ, ਨਹੀਂ ਤੁਹਾਡੇ ਬੱਚਿਆਂ ਦਾ ਭਵਿੱਖ ਵੀ ਸਾਡੇ ਵਾਂਗੂ ਸੜਕਾਂ 'ਤੇ ਰੁਲੂਗਾ। ਕਿਹੜੇ ਚੋਣ ਨਿਸ਼ਾਨ ਵਾਲਾ ਬਟਨ ਨਾ ਦੱਬਣ ਜੀ? ਇਹਨਾਂ ਦਾ ਝਾੜੂ ਵਾਲਾ, 5 ਵਾਲਾ, ਭੁੱਲ ਕੇ ਵੀ ਨਾ ਉਹ ਬਟਨ ਦੱਬਣ, 5 ਨੰਬਰ ਜੋ ਮੈਂ ਇੱਥੇ ਹੁਣ ਲਿਖਿਆ ਹੋਇਆ ਪੜਿਆ,
ਉਹ ਨਾ ਦੱਬਣ। ਜੇ ਆਪਣੇ ਬੱਚਿਆਂ ਦਾ ਭਵਿੱਖ ਬਚਾਉਣਾ ਚਾਹੇ ਹੋਰ ਜਿਹਨੂੰ ਮਰਜ਼ੀ ਸਿਲੈਕਟ ਕਰ ਲਓ, ਪਰ ਇਹ ਬੰਦੇ ਨੂੰ ਸਿਲੈਕਟ ਨਾ ਕਰੋ, ਸਭ ਤੋਂ ਝੂਠਾ ਬੰਦਾ ਹੈ। ਇੱਧਰ ਮੈਮ ਖੜ੍ਹੇ ਹੋਏ ਨੇ ਹੱਥ ਦੇ ਵਿੱਚ, ਇਹਨਾਂ ਨੂੰ ਵੱਲੋਂ ਵੀ ਕੋਈ ਮੈਸੇਜ ਦਿੱਤਾ ਗਿਆ। ਮੈਮ ਅੱਜ ਤੁਸੀਂ ਸੜਕਾਂ 'ਤੇ ਬੈਠਣ ਲਈ ਕਿਉਂ ਮਜਬੂਰ ਹੋ ਗਏ ਜੀ? ਦੇਖੋ ਜੀ, ਜਦੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਾਂ ਆਪਾਂ ਸੜਕਾਂ 'ਤੇ ਹੀ ਆਉਣਾ, ਹੋਰ ਸਾਡੇ ਕੋਈ ਚਾਰਾ ਨਹੀਂ ਹੈ। ਸੜਕ ਇੱਕ ਚਾਰਾ ਰਹਿ ਗਿਆ ਜੇ ਜਿਹੜਾ ਇਹਨਾਂ ਨੇ ਛੱਡਿਆ। ਸਾਨੂੰ ਕੋਈ ਸ਼ੌਂਕ ਨਹੀਂ ਕਿ ਇੱਥੇ ਬਹਿ, ਇੰਨੀ ਇੰਨੀ ਡਿਗਰੀਜ਼ ਲੈਣ ਤੋਂ ਬਾਅਦ, ਇੰਨਾ ਪੜ੍ਹੇ ਲਿਖੇ ਹੋਣ ਤੋਂ ਬਾਅਦ ਆ ਕੇ ਸੜਕ 'ਤੇ ਬਹਿ ਜਾਈਏ। ਉਹ ਇਹਨਾਂ ਨੇ ਸਾਨੂੰ ਮਜਬੂਰ ਕੀਤਾ ਹੈ ਤਾਂ ਜਾ ਕੇ ਆਪਾਂ ਸੜਕ ਦੇ ਉੱਤੇ ਬੈਠੇ ਹਾਂ। ਅਦਰਵਾਈਜ਼ ਆਪਾਂ ਵੀ ਬਹੁਤ ਜ਼ਿਆਦਾ ਡਿਗਰੀਜ਼ ਵਾਲੇ ਬੱਚੇ, ਡਿਗਰੀਜ਼ ਵਾਲੇ ਟੀਚਰਸ ਹਾਂ ਜਿਹੜੇ ਰੋਲੇ ਜਾ ਰਹੇ ਹਾਂ, ਤਾਂ ਇਹ ਇਹਨਾਂ ਦੀ ਗਲਤੀ ਦੀ ਵਜ੍ਹਾ ਨਾਲ ਇੱਥੇ ਹਾਂ, ਆਪਾਂ ਆਪਣੀ ਗਲਤੀ ਦੀ ਵਜ੍ਹਾ ਨਾਲ ਨਹੀਂ ਇੱਥੇ। ਸੋ ਇਹਨਾਂ ਦੀ ਗਲਤੀ ਦੀ ਵਜ੍ਹਾ ਨਾਲ ਆਪਾਂ ਅੱਜ ਸੜਕਾਂ ਦੇ ਉੱਤੇ ਬੈਠੇ ਹਾਂ। ਸੋ ਇਹਨਾਂ ਨੂੰ ਆ ਕੇ ਦੇਖਣਾ ਚਾਹੀਦਾ ਇਹਨਾਂ ਨੇ ਸਾਡੀ ਹਾਲਤ ਕੀ ਕਰਤੀ ਹੈ। ਸਾਹਮਣੇ ਦਫ਼ਤਰ ਹੈ, ਇੱਕ ਵਾਰ ਦਫ਼ਤਰ ਜ਼ਰੂਰ ਦਿਖਾ ਦਿਓ ਕਿ ਆਮ ਆਦਮੀ ਪਾਰਟੀ ਦਾ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਚੋਣਾਂ ਨੂੰ ਲੈ ਕੇ ਇਹ ਦਫ਼ਤਰ ਬਣਾਇਆ ਗਿਆ। ਮੈਮ ਦਫ਼ਤਰ ਦੇ ਵਿੱਚ ਕੋਈ ਮੰਤਰੀ, ਵਿਧਾਇਕ ਜਾਂ ਅਫਸਰ ਸਾਹਿਬਾਨ ਇੱਥੇ ਪਹੁੰਚੇ ਹੋਣੇ ਆ ਜਾਂ ਆਮ ਆਦਮੀ ਪਾਰਟੀ ਦੇ ਸਮਰਥਕ ਪਹੁੰਚੇ ਹੋਣੇ, ਉਹਨਾਂ ਤੱਕ ਤੁਸੀਂ ਮੈਸੇਜ ਦੇ ਦੇਣਾ ਸੀ ਜੀ? ਸਾਡੇ ਕੋਲ ਐਜ਼ ਫਾਰ ਐਜ਼ ਹੁਣ ਤੱਕ ਕੋਈ ਵੀ ਇਹਨਾਂ ਦਾ ਕੋਈ ਵੀ ਮੰਤਰੀ, ਕੋਈ ਵੀ ਆਫੀਸ਼ੀਅਲ ਨਹੀਂ ਪਹੁੰਚਿਆ। ਆਪਾਂ ਬਹੁਤ ਦੇਰ ਦੇ ਵੇਟ ਕਰ ਰਹੇ ਹਾਂ। ਇਹਨਾਂ ਨੇ ਪਹੁੰਚਣਾ ਵੀ ਕੀ ਹੈ, ਇਹਨਾਂ ਕੋਲ ਹੈ ਕੀ ਹੈ ਜਿਹੜਾ ਇਹਨਾਂ ਨੇ ਪਹੁੰਚਣਾ ਹੈ? ਮੰਗਾਂ ਸਾਡੀਆਂ ਨਹੀਂ ਇਹਨਾਂ ਤੋਂ ਮੰਗੀਆਂ ਜਾਂ ਮੰਨੀਆਂ ਜਾਂਦੀਆਂ, ਹਿੰਮਤ ਇਹਨਾਂ 'ਚ ਨਹੀਂ ਹੈਗੀ ਹੈ। ਗੱਲ ਇਹ ਨਹੀਂ ਕਰ ਸਕਦੇ ਬਸ ਅੰਦਰ ਬੈਠੇ ਰਹਿੰਦੇ ਹੈ, ਜਾਂ ਫਿਰ ਕਦੀ ਇੱਥੇ ਚਲੇ ਗਏ, ਕਦੀ ਉੱਥੇ ਚਲੇ ਗਏ, ਰੀਲਾਂ ਬਣਾ ਲਈਆਂ, ਉਹ ਵੀ ਪਤਾ ਨਹੀਂ ਕਿੱਦਾਂ ਕਿੱਦਾਂ ਦੀਆਂ ਰੀਲਾਂ ਬਣਾ ਲਈਆਂ। ਮਤਲਬ ਜਿਹੜੇ ਮੁੱਦੇ ਇਹ ਜਿਨ੍ਹਾਂ ਮੁੱਦਿਆਂ ਦੇ ਉੱਤੇ ਇਹ ਗੱਲਾਂ ਕਰਦੇ ਹੈ ਨਾ, ਉਹੀ ਮੁੱਦਿਆਂ ਦੇ ਲੋਕ ਅੱਜ ਇੱਥੇ ਬੈਠੇ ਹੋਏ ਨੇ। ਫਿਰ ਆ ਕੇ ਦੇਖ ਤਾਂ ਲੈਣ, ਇਹਨਾਂ ਨੇ ਦਫ਼ਤਰ ਸਿਰਫ ਦਫ਼ਤਰ ਦੇ ਨਾਮ 'ਤੇ ਖੋਲ੍ਹਿਆ ਹੋਇਆ। ਦਫ਼ਤਰ ਦਾ ਮਤਲਬ ਪਤਾ ਕੀ ਹੁੰਦਾ? ਕਿਸੇ ਦੀ ਸੁਣਵਾਈ ਕਰੋ, ਕਿਸੇ ਦੇ ਗੱਲ ਦੇ, ਕਿਸੇ ਦੀ ਗੱਲ ਦਾ ਜਵਾਬ ਦਿਓ। ਇਹਨਾਂ ਕੋਲ ਕਿਸੇ ਦੀ, ਕਿਸੇ ਗੱਲ ਦਾ, ਕਿਸੇ ਦੇ ਕਿਸੇ ਕੋਈ ਕੁਐਸਚਨ ਦਾ ਕੋਈ ਜਵਾਬ ਨਹੀਂ ਹੈ। ਤਾਂ ਇਹਨਾਂ ਦੇ ਦਫ਼ਤਰ ਸਿਰਫ ਦਫ਼ਤਰ ਨੇ, ਉਹ ਇੱਕ ਇੱਕ ਕਮਰਾ ਹੈ, ਉਹਦੇ ਵਿੱਚ ਕੋਈ ਵੀ ਸੁਣਵਾਈ ਕਿਸੇ ਵੀ ਤਰ੍ਹਾਂ ਦੀ, ਕਿਸੇ ਬੰਦੇ ਦੀ ਸੁਣਵਾਈ ਨਹੀਂ ਹੋ ਰਹੀ। ਭਗਵੰਤ ਮਾਨ ਸਾਹਿਬ ਤੱਕ ਜੇਕਰ ਤੁਹਾਡੀ ਖਬਰ ਪਹੁੰਚਦੀ ਹੈ, ਕੁਛ ਕਹਿਣਾ ਚਾਹੋਗੇ, ਮੈਸੇਜ ਦਿਓਗੇ ਜੀ ਉਹਨਾਂ ਨੂੰ? ਮੈਂ ਤਾਂ ਜੀ ਇਹੀ ਮੈਸੇਜ ਦੇਣਾ, ਇਹ ਐਜੂਕੇਸ਼ਨ ਰਿਵੋਲਿਊਸ਼ਨ ਜਾਂ ਐਜੂਕੇਸ਼ਨ ਕ੍ਰਾਂਤੀ ਦੀ ਗੱਲ ਕਰਦੇ ਹਾਂ, ਪੰਜਾਬ 'ਚ ਐਜੂਕੇਸ਼ਨ ਕ੍ਰਾਂਤੀ ਜੇ ਲਿਆਂਦੀ ਹੈ ਤਾਂ ਉਹ ਮੈਰੀਟੋਰੀਅਸ ਟੀਚਰਸ ਨੇ ਲਿਆਂਦੀ ਹੈ। ਆਪਾਂ ਇਹਨਾਂ ਤੋਂ ਪਿਛਲੇ ਇੱਕ ਸਾਲ ਤੋਂ ਭਗਵੰਤ ਮਾਨ ਜੀ ਨੂੰ ਲਗਾਤਾਰ ਮੇਲਸ ਪਾ ਰਹੇ ਹਾਂ, ਇਹਨਾਂ ਦੇ PA ਨੂੰ ਫੋਨ ਕਰ ਰਹੇ ਹਾਂ। ਰੈਦਰ ਮੈਂ ਜੂਨ ਦੇ ਮਹੀਨੇ 'ਚ ਪਤਾ ਨਹੀਂ ਕਿੰਨੀਆਂ ਕਾਲਸ ਇਹਨਾਂ ਨੂੰ ਕੀਤੀਆਂ ਕਿ ਸਰ ਸਾਨੂੰ ਇੱਕ ਪੈਨਲ ਮੀਟਿੰਗ ਦਿੱਤੀ ਜਾਏ, ਪਰ ਇਹ ਸਾਨੂੰ ਉਹ ਪੈਨਲ ਮੀਟਿੰਗ ਨਹੀਂ ਦੇ ਰਹੇ। ਔਰ ਪੈਨਲ ਮੀਟਿੰਗ ਲੈਣ ਦਾ ਮਕਸਦ ਆਪਣੀ ਰੈਗੂਲਰਾਈਜੇਸ਼ਨ, ਆਪਣੇ ਇੰਕਰੀਮੈਂਟ ਦੇ ਨਾਲ ਨਾਲ ਇਹਨਾਂ ਨੂੰ ਇਹ ਦੱਸਣਾ ਹੈ ਕਿ ਐਜੂਕੇਸ਼ਨਲ ਐਜੂਕੇਸ਼ਨਲ ਕ੍ਰਾਂਤੀ ਹੁੰਦੀ ਕੀ ਹੈ, ਉਹਨੂੰ ਲਿਆਂਦਾ ਕਿੱਦਾਂ ਜਾ ਸਕਦਾ, ਕਿਹੜੇ ਪ੍ਰੋਗਰਾਮਸ, ਕਿਹੜੀ ਪੋਲਿਸੀਜ਼ ਹੈ ਜਿਹਦੇ ਤਹਿਤ ਇਹ ਐਜੂਕੇਸ਼ਨ ਉੱਪਰ ਲੈ ਕੇ ਜਾ ਸਕਦੇ ਨੇ। ਸਿਰਫ ਪੇਂਟ ਕਰ ਦੇਣਾ ਸਕੂਲਾਂ ਨੂੰ ਐਜੂਕੇਸ਼ਨ ਕ੍ਰਾਂਤੀ ਨਹੀਂ ਹੈ, ਸਿੱਖਿਆ ਕ੍ਰਾਂਤੀ ਨਹੀਂ ਹੈ। ਸਿੱਖਿਆ ਕ੍ਰਾਂਤੀ ਇੱਕ ਬੱਚੇ ਨਾਲ ਜੁੜੀ ਹੋਈ ਕ੍ਰਾਂਤੀ ਹੈ, ਸਿੱਖਿਆ ਕ੍ਰਾਂਤੀ ਇੱਕ ਅਧਿਆਪਕ ਨਾਲ ਜੁੜੀ ਹੋਈ ਕ੍ਰਾਂਤੀ ਹੈ। ਇਹਨਾਂ ਨੇ ਇਸ ਨੂੰ ਪੇਂਟ ਤੱਕ ਸੀਮਿਤ ਕਰਕੇ ਰੱਖਤਾ, ਸਵਿਮਿੰਗ ਪੂਲ ਤੱਕ ਸੀਮਿਤ ਕਰਕੇ ਰੱਖਤਾ। ਬੱਚੇ ਨੂੰ, ਜਿਹੜਾ ਬੱਚਾ ਇੱਕ ਸ਼ਬਦ ਤੁਹਾਡੇ ਸਾਹਮਣੇ ਬੋਲ ਨਹੀਂ ਸਕਦਾ, ਅਗਰ ਉਹ ਖੜਾ ਹੋ ਕੇ ਆਪਣੀ ਇੰਟਰਵਿਊ ਕਲੀਅਰ ਕਰ ਜਾਏ, ਇਹਨੂੰ ਕਹਿੰਦੇ ਐਜੂਕੇਸ਼ਨ ਕ੍ਰਾਂਤੀ, ਇਹਨੂੰ ਕਹਿੰਦੇ ਸਿੱਖਿਆ ਕ੍ਰਾਂਤੀ ਜਿਹੜੀ ਸਾਡੇ ਟੀਚਰਸ ਲੈ ਕੇ ਆਇਆ। ਜੇ ਇਹਨਾਂ ਨੇ ਇਸ ਚੀਜ਼ ਦਾ ਮਤਲਬ ਸਮਝਣਾ ਨਾ, ਜੇ ਇਹਨਾਂ ਨੂੰ ਪਤਾ, ਇਹਨਾਂ ਨੂੰ ਇਹ ਪਤਾ ਕਰਨਾ ਚਾਹੁੰਦੇ ਨਾ ਕਿ ਪ੍ਰੋਗਰਾਮਸ ਹੁੰਦੇ ਕਿਆ, ਤਾਂ ਪਲੀਜ਼ ਸਾਨੂੰ ਇੱਕ ਪੈਨਲ ਮੀਟਿੰਗ ਦਿਓ। ਇਹ ਗੱਲ ਕਰਦੇ ਜੀ ਆਪਾਂ ਸਕੂਲ ਆਫ ਹੈਪੀਨੈਸ ਖੋਲ੍ਹ ਦਿੱਤੇ ਨਵੇਂ ਨਵਾਂ, ਨਹੀਂ ਸਾਰੀ ਹੈਪੀਨੈਸ ਵੀ ਖੋਲ੍ਹ ਰਹੇ ਨੇ, ਉਹ ਵੀ ਆਉਣ ਵਾਲੇ ਨੇ ਹੁਣ। ਇਹਨਾਂ ਨੂੰ ਕੋਈ ਇਹ ਪੁੱਛਣ ਵਾਲਾ ਹੋਵੇ, ਹੈਪੀਨੈਸ ਤਾਂ ਹਰ ਸਕੂਲ ਦੇ ਨਾਲ ਜੁੜੀ ਹੋਈ ਹੈ, ਕਿਆ ਖੁਸ਼ੀ ਸਕੂਲ, ਜਿਹੜਾ ਬੱਚਾ ਸਕੂਲ ਦੇ ਅੰਦਰ ਵੜ ਗਿਆ ਨਾ, ਉਹਦੇ ਨਾਲ ਖੁਸ਼ੀ ਐਂਟਰ ਕਰ ਜਾਂਦੀ ਹੈ, ਉਹ ਮਾਹੌਲ ਬਣਾਉਣਾ ਪੈਂਦਾ। ਇਹ ਜਿਹੜੀਆਂ ਗੱਲਾਂ ਕਰਦੇ ਨਾ, ਇਹ ਗੱਲਾਂ ਦੂਜੇ ਦੇਸ਼ਾਂ ਨੇ ਬਹੁਤ ਦੇਰ ਪਹਿਲੇ ਪਹਿਲੇ ਨੇ ਕਰ ਲਈਆਂ। ਗ੍ਰੋਸ ਨੈਸ਼ਨਲ ਹੈਪੀਨੈਸ, ਇਹ ਭੂਟਾਨ ਔਰ ਨੇਪਾਲ ਦਾ ਕੰਸੈਪਟ ਹੈ,
ਸਕੂਲਾਂ ਦੇ ਵਿੱਚ ਇਹ ਨਾ ਸਿਰਫ ਗੱਲਾਂ ਜੋਗੇ ਰਹਿ ਗਏ ਹੈ, ਇਹਨਾਂ ਨੂੰ ਐਕਚੁਅਲ 'ਚ ਪਤਾ ਨਹੀਂ ਹੈਗਾ ਐਜੂਕੇਸ਼ਨ ਸਿੱਖਿਆ ਕ੍ਰਾਂਤੀ ਹੁੰਦੀ ਕੀ ਹੈ। ਤਾਂ ਮੇਰੀ ਮੈਂ ਰਿਕੁਐਸਟ ਨਹੀਂ ਕਰਦੀ ਅੱਜ ਤਾਂ, ਮੈਂ ਆਪਣੀ ਗੱਲ ਸਹੀ ਮਾਇਨਿਆਂ 'ਚ ਰੱਖਦੀ ਹਾਂ ਕਿ ਸਾਨੂੰ ਇੱਕ ਪੈਨਲ ਮੀਟਿੰਗ ਦਿਓ, ਮੈਰੀਟੋਰੀਅਸ ਟੀਚਰਸ ਨੂੰ ਇੱਕ ਪੈਨਲ ਮੀਟਿੰਗ ਦਿਓ ਤਾਂ ਜੋ ਆਪਾਂ ਆਪਣੀ ਗੱਲ ਅੱਗੇ ਰੱਖ ਸਕੀਏ। ਮੈਂ ਇਹਦੇ ਨਾਲ ਇੱਕ ਐਡੀਸ਼ਨ ਕਰਨਾ ਚਾਹਾਂਗੀ, ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਜੀ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਫਰਵਰੀ 2024 ਵਿੱਚ ਇਹ ਸਾਡੇ 310 ਅਧਿਆਪਕਾਂ ਨੂੰ ਚੰਡੀਗੜ੍ਹ ਬੁਲਾਉਣਗੇ ਔਰ ਸਾਡੇ ਨਾਲ ਇੱਕ ਮੀਟਿੰਗ ਕਰਨਗੇ। ਉਹ ਨਿਕਲੇ ਹੋਏ, ਅੱਜ ਇਹ ਜੁਲਾਈ ਦਾ ਮਹੀਨਾ ਚੱਲ ਰਿਹਾ, ਤੁਸੀਂ ਆਪੇ ਕਾਊਂਟ ਕਰ ਲਓ ਕਿੰਨੇ ਹੋ ਗਏ। ਅੱਜ ਤੱਕ ਇਹਨਾਂ ਨੇ ਸਾਡੀ ਉਹ ਮੀਟਿੰਗ ਨਹੀਂ ਲਈ। ਉਹ ਮੀਟਿੰਗ ਤਾਂ ਛੱਡੋ, ਹੁਣ ਹਰਜੋਤ ਬੈਂਸ ਜੀ ਨੇ ਸਿੱਧਾ ਹੀ ਕਿਨਾਰਾ ਕਰ ਲਿਆ ਇਹਨਾਂ ਸਕੂਲਾਂ ਤੋਂ, ਕਹਿ ਕੇ ਕਿ ਇਹ ਸਕੂਲ ਮੇਰੇ ਅੰਡਰ ਆਉਂਦੇ ਹੀ ਨਹੀਂ। ਐਜੂਕੇਸ਼ਨ ਮਿਨਿਸਟਰ ਦੀ ਆਪ ਦੀ ਵਰਡਿੰਗ ਕਿ ਇਹ ਸਕੂਲ ਮੇਰੇ ਅੰਦਰ ਨਹੀਂ ਆਉਂਦੇ, ਇਹ ਸਕੂਲ CM ਦੇ ਅੰਦਰ ਆਉਂਦੇ ਹੈ। ਐਜੂਕੇਸ਼ਨ ਮਿਨਿਸਟਰ ਦੇ ਅੰਦਰ ਆਉਂਦੇ ਨਹੀਂ, CM ਨੇ ਸੁਣਨੀ ਨਹੀਂ, ਪੰਜਾਬ ਜਾਊਗਾ ਕਿੱਥੇ? ਅੱਜ ਪੰਜਾਬ ਵਿੱਚ ਪੰਜਾਬ ਨੂੰ ਲੱਭਣਾ ਪੈ ਰਿਹਾ, ਪੰਜਾਬ ਵਿੱਚ ਪੰਜਾਬੀਅਤ ਨੂੰ ਲੱਭਣਾ ਪੈ ਰਿਹਾ, ਪੰਜਾਬ ਵਿੱਚ ਪੰਜਾਬੀਆਂ ਨੂੰ ਲੱਭਣਾ ਪੈ ਰਿਹਾ, ਉਹ ਸਿਰਫ ਅਤੇ ਸਿਰਫ ਇਹਨਾਂ ਦੀ ਸਰਕਾਰ ਦੀ ਵਜ੍ਹਾ ਨਾਲ। ਬਹੁਤ ਬਹੁਤ ਧੰਨਵਾਦ ਮੈਮ, ਥੈਂਕ ਯੂ ਜੀ। ਸੋ ਬਿਲਕੁਲ ਦਰਸ਼ਕੋ, ਇਹ ਸਨ ਸਾਡੇ ਨਾਲ ਅਜਿਹੇ ਅਧਿਆਪਕ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਬੈਠੇ ਹੋਏ ਨੇ। ਇੱਕ ਵਾਰ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਅੱਤ ਦੀ ਗਰਮੀ ਦੇ ਵਿੱਚ ਸੜਕਾਂ 'ਤੇ ਜਿਹੜੇ ਪੰਜਾਬ ਦੇ ਅਜਿਹੇ ਅਧਿਆਪਕ ਨੇ ਜਿਨ੍ਹਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਨੂੰ ਲੈ ਕੇ ਮੰਗਾਂ ਨੇ, ਤਾਂ ਮੰਗਾਂ ਤੁਸੀਂ ਇਹਨਾਂ ਦੀ ਜ਼ੁਬਾਨੀ ਹੀ ਸੁਣ ਲਈਆਂ ਨੇ ਵੀ ਭਾਈ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਇੱਥੇ ਇਕੱਤਰ ਹੋਏ ਨੇ, ਅਤੇ ਖਾਸ ਤੌਰ 'ਤੇ ਮੈਰੀਟੋਰੀਅਸ ਸਕੂਲ, ਤਾਂ ਉਹਨਾਂ ਦੇ ਇਹ ਜਿਹੜੇ ਅਧਿਆਪਕ ਸਾਹਿਬਾਨ ਨੇ, ਤਾਂ ਮੰਗਾਂ ਤੁਸੀਂ ਇਹਨਾਂ ਦੀਆਂ ਸੁਣੀ ਲਈਆਂ ਨੇ। ਦੇਖਣਾ ਹੋਏਗਾ ਕਿ ਕਦੋਂ ਪੰਜਾਬ ਸਰਕਾਰ ਵੱਲੋਂ ਇਹਨਾਂ ਦੀਆਂ ਮੰਗਾਂ ਵੱਲ ਗੌਰ ਕੀਤਾ ਜਾਂਦਾ ਹੈ। ਤਾਂ ਖਾਸ ਤੌਰ 'ਤੇ ਇਹਨਾਂ ਨੇ ਇਹ ਵੀ ਕਿਹਾ ਵੀ ਭਾਈ ਅਸੀਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਪਹੁੰਚੇ ਔਰ ਲੋਕਾਂ ਤੱਕ ਮੈਸੇਜ ਪਹੁੰਚਾਵਾਂਗੇ ਵੀ ਭਾਈ ਆਮ ਆਦਮੀ ਪਾਰਟੀ ਨੂੰ ਵੋਟਿੰਗ ਨਾ ਕਰਿਓ। ਤਾਂ ਇਹ ਇਹਨਾਂ ਦਾ ਕਹਿਣਾ ਹੈ। ਹੁਣ ਦੇਖਣਾ ਹੋਏਗਾ ਕਿ ਕਦੋਂ ਪੰਜਾਬ ਸਰਕਾਰ ਵੱਲੋਂ, ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਗੌਰ ਕੀਤਾ ਜਾਂਦਾ ਹੈ। ਬਣੇ ਰਹੋ ਲੋਕਵਾਸ ਟੀਵੀ ਦੇ ਨਾਲ, ਧੰਨਵਾਦ।